ਗੁੱਡ ਈਵਨਿੰਗ ਸਤਿ ਸ੍ਰੀ ਅਕਾਲ ਐਂਡ ਵੈਲਕਮ ਟੂ ਸੀ ਜੇ ਸਿੱਧੂ ਸ਼ੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਥਰਸਡੇ ਅਸੀਂ ਤੁਹਾਡੀ ਗੱਲਬਾਤ ਕਰਾਈਦੀ ਹੈ ਕਿਸੇ ਨਾ ਕਿਸੇ ਪੋਲੀਟੀਸ਼ੀਅਨ ਨਾਲ ਜਾਂ ਕਿਸੇ ਕਮਿਊਨਿਟੀ ਐਕਟਿਵਿਸਟ ਨਾਲ ਹੁਣ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਦਾ ਮੌਲ ਹੈ ਬੀਸੀ ਦੇ ਇਲੈਕਸ਼ਨ ਹੁਣ ਜਿਹੜੀ ਹੈਗੇ ਆ ਭਖ ਰਹੇ ਆ ਦੋਨੇ ਪਾਰਟੀਆਂ ਆਪਦਾ ਪੂਰਾ ਜੋਰ ਐਕਚੁਅਲੀ ਤਿੰਨੇ ਪਾਰਟੀਆਂ ਬੀਸੀ ਗ੍ਰੀਨ ਪਾਰਟੀ ਐਜ਼ ਵੈਲ ਸੋ ਤਿੰਨੇ ਪਾਰਟੀਆਂ ਆਪਦਾ ਪੂਰਾ ਜੋਰ ਲਾ ਰਹੀਆਂ ਹੌਲੀ ਹੌਲੀ ਪਾਰਟੀਆਂ ਦੇ ਪਲੈਟਫਾਰਮ ਆ ਰਹੇ ਆ ਸੋ ਬਲੇਮਿੰਗ ਗੇਮ ਵੀ ਸ਼ੁਰੂ ਹੋ ਗਏ ਆ ਸੋ ਇਹ ਪਤਾ ਲੱਗਦਾ ਹੈ ਕਿ ਇਲੈਕਸ਼ਨ 'ਚ ਥੋੜਾ ਜਿਹਾ ਐਕਸਾਈਟਮੈਂਟ ਜਿਹੜਾ ਹੈਗਾ ਸੈਕੰਡ ਵੀਕ ਹੈਗਾ ਕਾਫੀ ਵਧ ਰਿਹਾ ਸੋ ਇਸ ਦੇ ਸਦਕਾ ਅਸੀਂ ਜਿਹੜੇ ਵੀ ਕੈਂਡੀਡੇਟ ਐ ਉਹਨਾਂ ਨਾਲ ਥੋੜੇ ਰੂਬ ਰੂ ਕਰਾਉਣੇ ਆ ਅੱਜ ਸਾਡੀ ਗੱਲਬਾਤ ਹੋਊਗੀ ਡਾਕਟਰ ਗੁਲਜ਼ਾਰ ਚੀਮਾ ਜਿਹੜੇ ਕਿ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਤੁਹਾਨੂੰ ਪਤਾ ਹੈ ਕਿ ਡਾਕਟਰ ਚੀਮਾ ਨੇ ਕਮਿਊਨਿਟੀ ਨੂੰ ਸਰਵ ਕੀਤਾ ਵਿਨੀ ਇਮਪੈਕਟ ਤੋਂ ਇਹਨਾਂ ਨੇ ਆਪਦਾ ਕੈਰੀਅਰ ਨਾਟ ਓਨਲੀ ਅ ਮੈਡੀਕਲ ਪ੍ਰੋਫੈਸ਼ਨ ਬੜਾ ਉਸ ਦੇ ਨਾਲ ਨਾਲ ਐਮ ਐਲ ਏ ਦੇ ਤੌਰ ਤੇ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਡਿਸਾਈਡ ਕੀਤਾ ਬ੍ਰਿਟਿਸ਼ ਕੋਲੰਬੀਆ ਆ ਕੇ ਆਪਦੀ ਪ੍ਰੈਕਟਿਸ ਪਹਿਲਾਂ ਸਟੈਬਲਿਸ਼ ਕੀਤੀ ਉਸ ਦੇ ਨਾਲ ਨਾਲ ਜਿਹੜਾ ਇਹਨਾਂ ਦਾ ਡੀ ਐਨ ਏ ਹੈ ਕਿ ਕਮਿਊਨਿਟੀ ਦੀ ਸੇਵਾ ਕਰਨੀ ਹੈ ਇਹਨਾਂ ਨੇ ਫਿਰ ਪੋਲਿਟਿਕਸ 'ਚ ਪੈਰ ਰੱਖਿਆ ਐਮ ਐਲ ਏ ਰਹੇ ਕੈਬਨਿਟ ਮਿਨਿਸਟਰ ਰਹੇ ਥੋੜਾ ਚਿਰ ਬਿਹਾਈਂਡ ਦਾ ਸੀਨਸ ਇਹਨਾਂ ਨੇ ਕੰਮ ਕੀਤਾ ਫੈਡਰਲ ਲਿਬਰਲ ਲਈ ਤੇ ਪ੍ਰੋਵਿੰਸ਼ੀਅਲ ਲਿਬਰ He decided that it's time for him again to throw his name in the towel, and he is running as a candidate for BC Liberal Party from Surrey Panorama. So, Dr. Chima, welcome to CJ Sidhu Show. Good evening. I am the election that time, bada bada important. Election is <laughs> important, but this election important. तरीके ਨੇ ਇਹਦੇ ਕਿਉਂ ਇਲیکشن ਕਾਲ ਹੋਈ ਟਾਈਮ ਇਹਦਾ ਕਿਉਂ ਚੁਣਿਆ ਗਿਆ ਇਸ ਤਰ੍ਹਾਂ ਤੇ ਉਸ ਅਲਾਵਾ ਜਿਹੜੇ ਮੁੱਦੇ ਆ ਰਹੇ ਨੇ ਉਹਦੇ ਤੁਹਾਡੇ ਸਾਹਮਣੇ ਸਾਰੇ ਹੁੰਦੇ ਮੈਂ ਵੋਟਰਸ ਦੇ ਸਾਹਮਣੇ ਸਰੀ ਪੈਨਾਰਾਵਾ ਦੇ ਜਿਹੜੇ ਵੋਟਰਸ ਨੇ ਉਹਨਾਂ ਨਾਲ ਮੈਂ ਡਾਇਰੈਕਟਲੀ ਗੱਲ ਕਰਨੀ ਚਾਹੁੰਦਾ ਸਾਰਿਆਂ ਨਾਲ ਤੁਹਾਡੇ ਥਰੂ ਤੁਸੀਂ ਮੈਨੂੰ ਸਵਾਲ ਪੁੱਛੋ ਤੇ ਮੈਂ ਉਹਨਾਂ ਨੂੰ ਐਕਸਪਲੇਨ ਕਰਨਾ ਚਾਹੁੰਦਾ ਵੀ ਸਰੀ ਪੈਨਾਰਾਵਾ ਜਿਹੜੀ ਰਾਈਡਿੰਗ ਹੈ ਇਹ ਕਰੂਸ਼ਲ ਕਿਉਂ ਹੈ ਇੰਪੋਰਟੈਂਟ ਕਿਉਂ ਹੈ ਤੇ ਇਹਦਾ ਜਿਹੜਾ ਰੋਲ ਹੈ ਅਗਲੀ ਵਾਲੀ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਹੋਣਾ ਹੈ ਪਹਿਲੀ ਗੱਲ ਤੇ ਆਗੇ ਕਿ ਜਿਹੜੀ ਇਹ ਜਿਹੜੀ ਇਲੈਕਸ਼ਨ ਨੇ ਇਹ ਬੜੇ ਗਲਤ ਟਾਈਮ ਤੇ ਕਰ ਕੀਤੀ ਗਈ। ਇਹ ਗਲਤ ਮੈਂ ਤਾਂ ਕਹਣਾ ਕਿ ਜਦੋਂ 1 ਸਾਲ ਹੈਗਾ 1 ਸਾਲ ਦੇ ਪਹਿਲਾਂ ਇਲੈਕਸ਼ਨ ਕਰ ਕਰ ਲਈ ਇਹ ਵਿੱਚੋ ਵਿੱਚ ਤਿਆਰੀ ਕਰਦੇ ਰਹੇ ਨੇ ਚੋਰੀ। ਐਂਡ ਇਸ ਦੇ ਨਾਲ ਨਾਲ ਡਾਕਟਰ ਸਾਹਿਬ ਤੁਸੀਂ ਯੂਰ ਮੈਡੀਕਲ ਪ੍ਰੋਫੈਸ਼ਨਲ ਇਨ ਦਾ ਮਿਡਲ ਆਫ ਕੋਵਿਡ 19 ਵੇਰ ਪੀਪਲ ਆਰ ਡਾਈਿੰਗ ਨੰਬਰਸ ਆਰ ਇਨਕਰੀਜ਼ਿੰਗ। ਦੇਖੋ ਇਹਦੇ ਨਾਲ ਨਾ ਇਹਨਾਂ ਨੇ ਇੱਕ ਤੇ ਇਹਨਾਂ ਨੇ ਐਮਰਜੈਂਸੀ 29 ਤੱਕ ਸੀ ਪਰ ਸੋ ਇਹ ਖਤਮ ਹੋਈ ਹੈ। ਇਹਨਾਂ ਉਹਦੇ ਹਫ਼ਤਾ ਪਹਿਲਾਂ ਇਲੈਕਸ਼ਨ ਸ਼ੁਰੂ ਕਰਤੀ ਇਹ ਵਿੱਚੋਂ ਤਿਆਰੀ ਕਰਦੇ ਰਹੇ ਚੋਰੀ-ਚੋਰੀ ਕਿਉਂਕਿ ਇਹਨਾਂ ਨੂੰ ਝੂਠ ਬੋਲਣ ਦੀ ਆਦਤ ਹੈ ਤੇ ਚੋਰੀ ਕਰਨ ਦੀ ਇਹ ਜਿਹੜੀ ਮਿਸਲੀਡ ਕਰਨ ਦੀ ਆਦਤ ਹੈ ਸੋ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਵੀ ਅਸੀਂ ਜਿਹੜੀ ਸਾਡੀ ਸਰਕਾਰ ਜਿਹੜੀ ਹੈ ਨਾ ਪਹਿਲਾਂ ਇਹਨਾਂ ਕਿਹਾ ਵੀ ਮਾਈਨੋਰਟੀ ਗਵਰਨਮੈਂਟ ਬਹੁਤ ਚੰਗੀ ਚੱਲਦੀ ਪਈ ਹੈ ਇਹ ਅਸੀਂ ਬਹੁਤ ਸੋਹਣੇ ਕੰਮ ਕਰਦੇ ਪਏ ਅਸੀਂ ਗ੍ਰੀਨ ਪਾਰਟੀ ਨਾਲ ਮਿਲ ਕੇ ਕੰਮ ਕਰਦੇ ਪਏ ਇਹਨਾਂ ਦੀ ਸੀਟਾਂ ਘਟਸਨ ਲਿਬਰਲ ਪਾਰਟੀ ਤੋਂ ਫਿਰ ਵੀ ਇਹਨਾਂ ਨੇ ਗੱਠ ਜੋੜ ਕਰਕੇ ਸਰਕਾਰ ਬਣਾਈ ਉਹ ਸਰਕਾਰ ਜਿਹੜੀ ਸੀ ਨਾ ਉਹ ਗੱਠ ਜੋੜ ਇਹਨਾਂ ਨੇ ਤੋੜਿਆ ਲੀਡਰ ਜਿਹੜੀ ਗ੍ਰੀਨ ਪਾਰਟੀ ਦੀ ਉਹਨੇ ਇਹਨਾਂ ਨੂੰ ਫ੍ਰਾਈਡੇ ਨੂੰ ਮਿਲ ਕੇ ਕਿਹਾ ਵੀ ਅਸੀਂ ਤੁਹਾਡੇ ਨਾਲ ਹਾਂ ਪਰ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਡਾ ਸਾਡਾ ਸਮਝੌਤਾ ਕੋਈ ਨਹੀਂ ਅਸੀਂ ਤੁਹਾਡੀ ਇਲੈਕਸ਼ਨ ਜਿਹੜੀ ਅਸੀਂ ਤੁਹਾਡੇ ਨਾਲ ਸਮਝੌਤਾ ਤੋੜ ਲਿਆ ਕਿਉਂ ਕਿਉਂਕਿ ਉਹਨਾਂ ਇਹਨਾਂ ਦੇ ਦਿਮਾਗ 'ਚ ਸੀ ਵੀ ਇਸ ਟਾਈਮ ਦੇ ਵਿੱਚ ਲੋਕੀ ਕੰਫਿਊਜ਼ ਨੇ ਲੋਕੀ ਆਪਣੇ ਕੰਮਾਂ 'ਚ ਬਿਜ਼ੀ ਨੇ ਫੈਮਲੀਆਂ ਦਾ ਫਿਕਰ ਲੋਕਾਂ ਨੂੰ ਕੋਵਿਡ-19 ਦਾ ਕੰਮ ਹੈ ਬਿਜ਼ਨਸ ਦੇ ਵਿੱਚ ਲੋਕਾਂ ਨੂੰ ਇਸ਼ੂ ਨੇ ਸਕੂਲ ਦੇ ਵਿੱਚ ਬੱਚਿਆਂ ਦੀ ਇਸ਼ੂਜ਼ ਖੜੇ ਹੋ ਰਹੇ ਨੇ ਜਿਹੜੀ ਕੋਵਿਡ-19 ਦੇ ਵਿੱਚ ਹਰ ਆਦਮੀ ਨੂੰ ਦਾ ਜਵਾਬ ਦਾ ਫਿਕਰ ਹੈ ਤੇ ਇਹਨਾਂ ਨੂੰ ਆਪਣੀ ਇਲੈਕਸ਼ਨ ਦਾ ਫਿਕਰ ਹੈ ਵੀ ਆਪਣਾ ਜੌਬ ਪੱਕਾ ਕਰਨਾ ਚਾਹੁੰਦੇ ਉਸ ਜੌਬ ਪੱਕਾ ਕਰਨ ਦੇ ਚੱਕਰਾਂ ਵਿੱਚ ਇਹਨਾਂ ਦੀ ਤਿਆਰੀ ਸੀ ਬਿਹਾਈਂਡ ਦ ਸੀਨਸ ਮੈਂ ਸੁਣੀ ਸੀ ਕਮਿਊਨਿਟੀ ਵਿੱਚ ਰਿਊਮਰਜ਼ ਬੜੀਆਂ ਸਾਡੀ ਕਮਿਊਨਿਟੀ ਵਿੱਚ ਲੋਕ ਸਾਰੇ ਪਾਸੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਦੇ ਕਨੈਕਸ਼ਨ ਨੇ ਸਾਰੇ ਪਾਸੇ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਹੋ ਰਿਹਾ ਉਹਨਾਂ ਨੇ ਕਿਹਾ ਵੀ ਇਹ ਇਲੈਕਸ਼ਨ ਦੀ ਤਿਆਰੀ ਕਰੀ ਬੈਠੇ ਮੇਰਾ ਕੋਈ ਮੇਰਾ ਕੋ ਧਿਆਨ ਨਹੀਂ ਸੀ ਇਸ ਕੰਮ ਬਾਰੇ ਪਰ ਜਦੋਂ ਫਿਰ ਇੱਕ ਇਹੋ ਜਿਹਾ ਟਾਈਮ ਆਇਆ ਸੋਚ ਕੇ ਸਾਰਿਆਂ ਨਾਲ ਸਲਾਹ ਕਰਕੇ ਜਿਹੜੇ ਸਾਡੇ ਪਾਰਟੀ ਦੇ ਮੈਂਬਰ ਨੇ ਲੀਡਰਸ ਨੇ ਜਿਹੜੇ ਸਾਡੀ ਕਮਿਊਨਿਟੀ ਦੇ ਮੈਂਬਰਸ ਆਫ ਪਾਰਲੀਮੈਂਟ ਨੇ ਜਾਂ ਜਿਹੜੇ ਪਹਿਲਾਂ ਰਹੇ ਜਾਂ ਹੁਣ ਨੇ ਡਿਫਰੈਂਟ ਪਾਰਟੀ ਦੇ ਬੰਦਿਆਂ ਨੂੰ ਮਿਲ ਕੇ ਆਰਗੇਨਾਈਜੇਸ਼ਨਸ ਨੂੰ ਮਿਲ ਕੇ ਸਟਰਕਚਰ ਨਾਲ ਗੱਲ ਕਰਕੇ ਪਾਰਟੀ ਦੇ ਜਿਹੜਾ ਲੀਡਰ ਨਾਲ ਗੱਲਬਾਤ ਕਰਕੇ ਸਾਰਿਆਂ ਨਾਲ মিডিਆ ਦੇ ਬੰਦਿਆਂ ਕਾਫੀਆਂ ਨਾਲ ਕਈਆਂ ਨੇ ਬਾਹਰ ਨਹੀਂ ਆਉਣਾ ਓਪਨਲੀ ਬਿਕਾਜ਼ ਉਹਨਾਂ ਨੇ ਆਪਣਾ ਕੰਮ ਕਰਨਾ ਉਹ ਸਾਰਿਆਂ ਨਾਲ ਸਲਾਹ ਕਰਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਵੀ ਮੈਂ ਸਰੀ ਪੈਨਾਰਾਮਾ ਰੇਜ ਦੇ ਵਿੱਚ ਇਲੈਕਸ਼ਨ ਲੜਾਂਗਾ ਤੇ ਇਲੈਕਸ਼ਨ ਬੀਸੀ ਲਿਬਰਲ ਪਾਰਟੀ ਦਾ ਕੈਂਡੀਡੇਟ ਬਣ ਕੇ ਮ ਆਇਆ ਸਾਹਮਣੇ ਉਹਦਾ ਮੈਂ ਤੁਹਾਨੂੰ ਕਾਰਨ ਦਾ ਦੱਸਣਾ ਕਿ ਲੋਕਾਂ ਨੇ ਕਿਹਾ ਲੋਕਾਂ ਨੇ ਸੋਚਿਆ ਕਿ ਵੀ ਜਿਹੜਾ ਪਿਛਲੇ ਸਾਢੇ 3 ਸਾਲਾਂ ਵਿੱਚ ਬੀਸੀ ਦੀ ਗੱਲ ਤੇ ਮੈਂ ਬਾਤ ਕਰਾਂਗਾ ਪਹਿਲਾਂ ਮੈਂ ਇਸ ਕੰਸਟੀਟੂਐਂਸੀ ਦੀ ਗੱਲ ਕਰਨਾ ਸਾਢੇ ਸਾਢੇ 3 ਸਾਲ ਦੇ ਵਿੱਚ ਜਿਹੜਾ ਐਮਐਲਏ ਦੀ ਪਰਫਾਰਮੈਂਸ ਰਹੀ ਹੈ ਉਹ ਸਭ ਨੂੰ ਪਤਾ ਸਾਰਿਆਂ ਨੂੰ ਪਤਾ ਵੀ ਕੀ ਹੋਇਆ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਹੋਈ ਲੋਕੀ ਪੁੱਛਦੇ ਨੇ ਮੈਂ ਕਿਹਾ ਵੀ ਇਹ ਸਵਾਲ ਮੈਨੂੰ ਨਾ ਕਰੋ ਜਿਹੜੇ ਤੁਹਾਡੇ ਐਮਐਲਏ ਨੇ ਇਸ ਟਾਈਮ ਤੇ ਉਹਨਾਂ ਨੂੰ ਸਵਾਲ ਕਰੋ ਇਨਵੈਸਟੀਗੇਸ਼ਨ ਕਿਉਂ ਹੋਈ ਉਹਦਾ ਨਤੀਜਾ ਕੀ ਹੈ ਕੀ ਕੀ ਇਸ਼ੂਸ ਸਨ ਉਹ ਲੋਕਿਆ ਸ਼ੁਪਿਆ ਕਿਉਂ ਗੱਲੇ ਉਭਾਰ ਕਿਉਂ ਨਹੀਂ ਆਈ ਮੈਂ ਕਹਿੰਦਾ ਮੈਂ ਤੇ ਬਾਰੇ ਗੱਲ ਨਹੀਂ ਕਰਨਾ ਕਿਉਂ ਕਰਨੀ ਕਿਉਂਕਿ ਜਿਹੜੇ ਕਮਿਊਨਿਟੀ ਦੇ ਮੈਂਬਰ ਸੀ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਇਹ ਤੁਹਾਡਾ ਕੰਮ ਹੈ ਤੁਸੀਂ ਜਿਹੜਾ ਤੁਹਾਡਾ ਰੈਪ੍ਰੈਜ਼ੈਂਟੇਟ ਹੈ ਉਹਨੂੰ ਪੁੱਛੋ ਸੋ ਡਾਕਟਰ ਸਾਹਿਬ ਜਿਨੀ ਸਿਮਸ ਜਿਹੜੇ ਹੈਗੇ ਤੁਹਾਡੇ ਖਿਲਾਫ ਉਹ ਇਲੈਕਸ਼ਨ ਲੜ ਰਹੇ ਆ ਉਹ ਸਿਟਿੰਗ ਉਥੇ ਐਮ ਐਲ ਏ ਹੈ ਤੇ ਆ ਜਿਹੜੀ ਗੱਲ ਤੁਸੀਂ ਕਹੀ ਕਿ ਈਮੇਲਸ ਦਾ ਇਹਨਾਂ ਦਾ ਜਿਹੜਾ ਫਿਅਾਸਕੋ ਹੋਇਆ ਉਸ ਦੇ ਨਾਲ-ਨਾਲ ਜਿਹੜੇ ਇਹਨਾਂ ਨੇ ਲੈਟਰ ਲਿਖੇ ਆਪਣੇ ਵੀਜ਼ਾ ਦੇ ਲਈ ਤੇ ਉਹਦੀ ਜਿਹੜੀ ਕੰਟਰੋਵਰਸੀ ਆਈ ਥਿੰਕ ਉਸ ਦੇ ਕਾਰਨ ਹੀ ਇਹਨਾਂ ਨੂੰ ਮਿਨਿਸਟਰੀ ਤੋਂ ਸਟੈਪ ਡਾਊਨ ਕਰਨਾ ਪਿਆ ਪਰ ਜਦੋਂ ਇਲੈਕਸ਼ਨ ਦੇ ਵਿੱਚ ਤੁਸੀਂ ਲੋਕਾਂ ਨੂੰ ਮਿਲ ਰਹੇ ਹੋ ਕੀ ਉਹ ਮੁੱਦਾ ਸਾਹਮਣੇ ਆ ਰਿਹਾ ਦੇਖੋ ਉਹ ਮੁੱਦਾ ਤੇ ਉਹ ਜਾਣਾ ਨਹੀਂ ਉਹ ਮੁੱਦਾ ਇੱਕ ਬੜਾ ਵੱਡਾ ਨਿਸ਼ਾਨ ਹੈ ਉਹ ਨਿਸ਼ਾਨ ਹੈ ਇਹਨਾਂ ਦੀ ਇਹਨਾਂ ਦੀ ਜੋ ਇਹਨਾਂ ਨੇ ਕੰਮਸ਼ਮ ਕੀਤਾ ਉਹ ਤੇ ਉਹ ਤੇ ਮੈਨੂੰ ਨਹੀਂ ਪਤਾ ਨਾ ਤੁਹਾਨੂੰ ਪਤਾ ਉਹ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਬਾਹਰ ਉਹਦੀ ਰਿਪੋਰਟ ਨਹੀਂ ਆਈ ਕਿਸੇ ਨੇ ਵੇਖੀ ਨਹੀਂ ਇਹ ਕਹਿੰਦਾ ਵੀ ਠੀਕ ਠਾਕ ਨੇ ਪਰ ਗੱਲ ਕੀ ਹੋਈ ਜਦੋਂ ਕੋਈ ਇਨਵੈਸਟੀਗੇਸ਼ਨ 6 ਤੋਂ 9 ਮਨਸ ਹੁੰਦੀ ਹੈ ਤੁਸੀਂ ਚੁੱਪਚਾਪ ਘਰ ਬੈਠੇ ਹੋ ਲੋਕਸ਼ਪ ਕੇ ਬੈਠੇ ਹੋ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਪਏ ਤੁਸੀਂ ਡਰੇ ਬੈਠੇ ਹੋ ਤੁਹਾਨੂੰ ਪ੍ਰੀਮੀਅਰ ਲੀਗ ਕੱਟਤਾ ਕੈਬਨਟ ਚ ਫਿਰ ਤੁਹਾਨੂੰ ਫਿਰ ਤੁਹਾਨੂੰ ਉਸ ਤੋਂ ਬਾਅਦ ਜੇ ਤੁਹਾਨੂੰ ਜੇ ਤੁਹਾਨੂੰ ਛੁੱਟੀ ਵੀ ਮਿਲ ਗਈ ਹੈ ਫਿਰ ਤੁਹਾਨੂੰ ਵਾਪਸ ਨਹੀਂ ਲਿਆ ਇਹ ਜਿਹੜੀ ਹੈ ਨਾ ਆ ਜਿਹੜੀ ਲੜੀ ਹੈ ਇਹਦੇ ਵਿੱਚ ਕਿੰਨੇ ਹਿੱਸੇ ਨੇ ਹਾਂਜੀ ਉਹ ਸਾਰੇ ਹਿੱਸਿਆਂ ਦਾ ਜਵਾਬ ਉਹਨਾਂ ਨੂੰ ਦੇਣਾ ਪੈਣਾ ਕੰਸਿਸਟੈਂਟਸ ਨੂੰ ਵੀ ਉਹ ਕੌਣ ਨੇ ਕਿਸ ਰਿਕ ਕਿਉਂ ਕੰਮ ਹੋਇਆ ਕੀ ਪ੍ਰੋਬਲਮ ਸੀ ਉਦਾ ਉਹਦਾ ਸੋਲੂਸ਼ਨ ਕੀ ਹੈ ਤੇ ਉਹਨਾਂ ਨੇ ਇਹਨਾਂ ਨੂੰ ਜੇ ਇੰਨੇ ਠੀਕ ਸੰਤਿਆਨ ਪ੍ਰੀਮੀਅਰ ਨੇ ਵਾਪਸ ਕਿਉਂ ਨਹੀਂ ਲਿਆ ਕੈਬਿਨਟ ਦੇ ਵਿੱਚ ਇਹ ਗੱਲਾਂ ਤੇ ਸਾਰੀਆਂ ਲੋਕ ਕਹਿੰਦੇ ਨੇ ਸੋ ਐਜ਼ ਅ ਇਲੈਕਸ਼ਨ ਪ੍ਰੋਸੈਸ ਇਹ ਜਿਹੜੀਆਂ ਚੀਜ਼ਾਂ ਡਾਕਟਰ ਸਾਹਿਬ ਇਹ ਇਹ ਕਮਿਊਨਿਟੀ ਨੂੰ ਪਤਾ ਹੋਣਾ ਚਾਹੀਦੀਆਂ ਇਹ ਜਿਵੇਂ ਤੁਸੀਂ ਕਿਹਾ ਬਹੁਤ ਸਮਝਦਾਰੀ ਵਾਲੀ ਗੱਲ ਹੈ ਕਿ ਜਿਹੜਾ ਕੈਂਡੀਡੇਟ ਹੈ ਉਹਨਾਂ ਨੂੰ ਪਬਲਿਕ ਨੂੰ ਕਲੀਅਰ ਕਰਨਾ ਪੈਣਾ ਥੋਡੀ ਰਾਈਡਿੰਗ ਵਾਲਿਆਂ ਨੂੰ ਕਲੀਅਰ ਕਰਨਾ ਪੈਣਾ ਕਿ ਉਹ ਮੁੱਦਾ ਕਿਵੇਂ ਸੈਟਲ ਹੋਇਆ ਪਰ ਇਸ ਦੇ ਨਾਲ ਨਾਲ ਜਿਹੜੀ ਹੁਣ ਜਿਹੜੀ ਕਰੰਟ ਜਿਹੜੀ ਖਬਰ ਉੱਭਰ ਕੇ ਆਈ ਹੈ ਯੈਸਟਰਡੇ ਦੀ ਡਾਕਟਰ ਸਾਹਿਬ ਸੋ ਉਹ ਗੱਲ ਹੈਗੀ ਹੈ ਕਿ ਮਿਸਟਰ ਹੋਰਗਨ ਜਿਹੜੇ ਹੈਗੇ ਆ ਉਹਨਾਂ ਨੇ ਜਿਹੜਾ ਡਾਕਟਰ ਸਾਹਿਬ ਰਿਫਿਊਜ਼ ਕੀਤਾ ਆ ਐਥਨਿਕ ਮੀਡੀਆ ਕੋਲ ਜਾਣਾ ਫਿਰ ਚਾਈਲਡ ਰੈਡ ਐਫ ਐਮ ਸੋ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਇਸ ਟਾਈਮ ਤੇ ਤਾਂ ਹਰ ਕੋਈ ਬੰਦਾ ਮੀਡੀਆ ਕੋਲ ਭਜਦਾ ਫਿਰਦਾ ਹੈ ਕਿ ਉਹਨਾਂ ਨਾਲ ਗੱਲ ਕਰੇ ਆਪ ਦਾ ਪਲੈਟਫਾਰਮ ਦੱਸੇ ਸੋ ਇਸ ਚ ਤੁਸੀਂ ਕੀ ਸੋਚਦੇ ਆ ਕੀ ਰੀਜ਼ਨ ਦੇਖੋ ਗੱਲ ਬੜੀ ਸਿੰਪਲ ਹੈ ਕਿ ਜਦੋਂ ਤੁਸੀਂ ਕੋਵਿਡ-19 ਇਲੈਕਸ਼ਨ ਕਾਲ ਕਰ ਲਿਆ ਕੋਵਿਡ-19 ਦੇ ਪ੍ਰੋਟੋਕਾਲ ਫਾਲੋ ਅਪ ਕਰਨਾ ਪੈਣਾ ਇਲੈਕਸ਼ਨਸ BC ਨੇ ਲੂਜ਼ ਬਣਾਏ ਨੇ ਉਹ ਫਾਲੋ ਕਰਨੇ ਪੈਣੇ ਨੇ ਵਰਕਰਸ ਕੰਪਨਸੇਸ਼ਨ ਦੇ ਰੂਲ ਬਣਾਤੇ ਨੇ ਆਫਿਸਾਂ ਦੇ ਰੂਲ ਫਾਲੋ ਕਰਨੇ ਪੈਣੇ ਪ੍ਰੋਟੋਕਾਲ ਫਾਲੋ ਕਰਨਾ ਪੈਣਾ ਸੋ 32 ਦਿਜ਼ ਦਾ ਵੇਜ ਤੁਸੀਂ ਲੋਕਾਂ ਨੂੰ ਕਨਫਿਊਜ਼ ਕੀਤਾ ਤੇ ਨਾਲ ਕਿੰਨਾ ਟਾਈਮ ਸਾਡਾ ਵੇਸਟ ਕੀਤਾ ਸਾਰਿਆਂ ਦਾ ਜਿਨ੍ਹਾਂ ਨੇ ਇਲੈਕਸ਼ਨ ਜਿਹੜੀਆਂ ਨੇ ਜਿਨ੍ਹਾਂ ਨੇ ਖੜੇ ਹੋਣ ਪਹਿਲੀ ਗਲਤੀ ਹੋ ਗਈ ਜਿਹੜਾ ਸੈਕੰਡ ਜਿਹੜਾ ਤਰੀਕਾ ਕੀ ਫਿਰ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਮਿਲਣਾ ਆ ਤੁਹਾਡੇ ਥਰੂ ਮੈਂ ਬਾਕੀਆਂ ਨੂੰ ਮਿਲਣਾ ਪਿਆ ਕੰਸਟੀਟੂਐਂਟ ਜਿਸਾਂ ਸਰੀ ਪੈਨ ਆਰਾਮ ਦੇ ਲੋਕਾਂ ਨੇ ਜਿਹੜੇ ਸਾਰੇ ਕੰਸਟੀਟੂਐਂਟਸ ਨੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਆਪਾਂ ਅਪਰੋਚ ਕਿਸ ਤਰ੍ਹਾਂ ਕਰਨਾ ਇੱਕੋ ਤਰੀਕਾ ਇਸ ਤਰੀਕੇ ਨਾਲ ਡਿਜੀਟਲ ਮੀਡੀਆ ਨਾਲ ਕਰ ਸਕਦੇ ਆ ਫੋਨ ਕਰ ਸਕਦੇ ਆ ਟੈਲੀਫੋਨ ਨਾਲ ਗੱਲ ਕਰ ਸਕਦੇ ਆ ਆਪਣੀ ਫੇਸਬੁੱਕ ਹੋਏ ਟਵਿੱਟਰ ਹੋਏ ਸੋਸ਼ਲ ਮੀਡੀਆ ਤੇਰਾ ਸਾਰਾ ਉਹਦੇ ਥਰੂ ਕਰ ਸਕਦੇ ਆ ਤੇ ਉਹ ਜਿਹੜਾ ਤਰੀਕਾ ਉਹ ਸਾਰਿਆਂ ਵਾਸਤੇ ਐਪਲੀਕੇਬਲ ਹੈ ਜਿਸ ਤਰ੍ਹਾਂ ਹੁਣ ਮੇਰੇ ਵੀ ਜਿਹੜੇ ਆਪੋਜੀਸ਼ਨ ਖੜੇ ਨੇ ਉਹਨਾਂ ਨੂੰ ਵੀ ਇਹੋ ਸੇਮ ਤਰੀਕਾ ਉਹੀ ਮੇਰਾ ਤਰੀਕਾ ਯਸ ਤੇ ਉਹ ਤਰੀਕੇ ਨਾਲ ਅਸੀਂ ਵੋਟਰਸ ਦੀ ਰਿਸਪੈਕਟ ਤਾਂ ਕਰਾਂਗੇ ਜੇ ਉਹ ਸ੍ਰੀਕੇ ਨਾਲ ਆਪਣੀ ਜਿਹੜੀ ਡਿਬੇਟ ਕਰੀਏ ਆਪਣੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਈਏ ਆਪਣੇ ਕੈਂਡੀਡੇਟ ਇੱਕ ਦੂਜੇ ਨਾਲ ਸਾਹਮਣੇ ਬੈਠ ਕੇ ਐਕਸਪਲੇਨ ਕਰਨ ਐਕਸਪਲੇਨ ਕਰਨ ਵੀ ਤੁਸੀਂ ਕੀ ਕੀਤਾ ਤੇ ਹੁਣ ਤੁਹਾਡਾ ਕੀ ਜਵਾਬ ਹੈ ਅੱਗੋਂ ਤੁਸੀਂ ਕੰਨਾ ਝੂਠ ਬੋਲਣਾ ਉਹ ਡਿਬੇਟ ਜਿਹੜਾ ਤਾਂ ਹੁੰਦਾ ਰੀਅਲ ਡਿਬੇਟ ਕੇ ਤੁਸੀਂ ਬੈਠ ਕੇ ਗੱਲ ਕਰੋ ਆਮੋ ਸਾਹਮਣੀ ਗੱਲ ਕਰੋ ਰੈਕર્ડ ਲੈ ਕੇ ਆਓ ਗੱਲ ਕਰੋ ਉਸ ਰੈਕર્ડ ਦੇ ਵਿੱਚੋਂ ਡਿਬੇਟਸ ਜਿਹੜੇ ਨੇ ਅਸੀਂ ਕਿਹਾ ਸੀ ਸਾਡਾ ਤਿੰਨ ਡਿਬੇਟ ਕਰੋ ਹਰਗਨ ਜੌਨ ਹਰਗਨ ਹੁਣ ਕਿਹਾ ਵੀ ਤਿੰਨ ਡਿਬੇਟ ਕਰੋ ਉਹਨਾਂ ਦਾ ਜਵਾਬ ਨਹੀਂ ਮਿਲਿਆ ਪੂਰਾ ਜੇ ਫਿਰ ਇਹ ਟਰਾਈ ਕਰਦੇ ਪਏ ਨੇ ਵੀ ਜ਼ੂਮ ਡਿਬੇਟ ਕਰ ਲਓ ਵੀ ਬੈਠ ਕੇ ਦੂਰੋਂ ਦੂਰੋਂ ਨਾਲ ਸਾਸਿ ਕਾਲ ਬੁਲਾ ਲਓ ਖੜੇ ਖੜੇ ਵੀ ਇੱਕ ਦੂਸਰੇ ਕਮਰੇ 'ਚ ਬੈਠਾ ਇੱਕ ਦੂਜੇ ਕਮਰੇ 'ਚ ਜਿਹੜੇ ਇਮੋਸ਼ਨਸ ਨੇ ਜਾਂ ਤੁਹਾਡੀ ਬਾਡੀ ਲੈਂਗੁਏਜ ਤੋਂ ਇਹ ਪਾਜਦੇ ਪੈਣ ਫਿਰ ਇੱਕ ਨਾਲੇ ਹੋਇਆ ਵੀ ਜਿਹੜਾ ਸੌਥੀਏਸ਼ੀਅਨ ਭਾਈਚਾਰਾ ਜਾਂ ਜਿਹੜੀ ਆਪਣੀ ਚਾਈਨੀਸ ਕਮਿਊਨਿਟੀ ਹੈ ਲੋਅਰ ਮੇਨਲੈਂਡ ਦੇ ਵਿੱਚ ਸਿਗਨੀਫੀਕੈਂਟ ਪਾਰਟ ਹੈ ਹਿਊਜ ਪੋਰਸ਼ਨ ਹੈ ਜਿਹਦੇ ਵਿੱਚ 16 ਤੋਂ 16 ਤੋਂ 18 ਜਿਹੜੀਆਂ ਰਾਈਡਿੰਗਸ ਨੇ ਉਹਨਾਂ ਤੇ ਅਸਰ ਪੈਂਦਾ ਕਿ ਲੋਕੀ ਕਿਸ ਤਰ੍ਹਾਂ ਤੁਹਾਨੂੰ ਮਿਲਦੇ ਨੇ ਗੱਲਬਾਤ ਕਰਦੇ ਨੇ ਇਨਫੋਰਮੇਸ਼ਨ ਕਿਉਂ ਨਹੀਂ ਇਸੇ ਕਰਕੇ ਤੁਹਾਨੂੰ ਬੈਕਗ੍ਰਾਉਂਡ ਮੈਂ ਤਾਂ ਦੱਸੀ ਹੈ ਕਿ ਜੇ ਕੋਵਿਡ-19 ਦੇ ਵਿੱਚ ਇਲੈਕਸ਼ਨ ਕਾਲ ਕੀਤੀ ਹੈ ਤੇ ਉਹਦੇ ਤਰੀਕੇ ਬਦਲੇ ਨੇ ਤੇ ਡਿਬੇਟ ਹੋਰ ਕਰੋ ਗੱਲਬਾਤ ਕਰੋ ਲੋਕਾਂ ਨੂੰ ਆ ਕੇ ਦੱਸੋ ਵੀ ਤੁਹਾਡੀ ਕੀ ਪਾਲਸੀ ਹੈ ਲੀਡਰ ਸਾਡੇ ਖੜੇ ਹੋਣ ਦੀ ਤਿਆਰ ਨੇ ਇਹਨਾਂ ਨੇ ਰੈਡ ਐਫ ਐਮ ਵਾਸਤੇ ਕਿਹਾ ਸੀ ਡਿਬੇਟ ਲਈ ਮੁੱਕਰ ਗਏ ਇਹਨਾਂ ਦਾ ਮੈਂ ਸੁਵਿਨਾ ਵੀ ਇੱਕ ਪੈਟਰਨ ਹੈ ਇਹ ਟਰਾਈ ਕਰਦੇ ਪਏ ਨੇ ਵੀ ਜਿਹੜੇ 24 ਦਿਨ ਨੇ ਨਾ ਬਾਕੀ ਉਹ ਇਸ ਤਰ੍ਹਾਂ ਹੀ ਗੱਲਬਾਤ ਨਾਲ ਹੈਲੋ ਹਾਈ ਨੇ بیچਣ ਝੂਠੀਆਂ ਜਿਹੜੀਆਂ ਨੇ ਜਿਹੜਾ ਜਿਹੜੀਆਂ ਅਨਾਉਂਸਮੈਂਟਸ ਨੇ ਉਹਦੇ ਤੇ بیچਣ ਲੋਕਾਂ ਕੋਲ ਟਾਈਮ ਨਾ ਹੋਵੇ ਕਿਉਂਕਿ ਸਾਡੇ ਲੋਕ ਸਾਰੇ ਜਿਹੜਾ ਸਾਡਾ ਭਾਈਚਾਰਾ ਯਾ ਜਿਹੜਾ ਚਾਈਨੀਜ਼ ਕਮਿਊਨਿਟੀ ਵਾਲੇ ਸਾਰੇ ਨੇ ਉਹ ਸੁਣਦੇ ਨੇ ਆਪਣੇ ਐਥਨਿਕ ਰੇਡੀਓਸ ਆਪਣੇ ਟੀਵੀ ਸਟੇਸ਼ਨ ਤੁਹਾਡਾ ਪ੍ਰੋਗਰਾਮ ਦੇਖਦੇ ਨੇ ਬਾਕੀ ਪ੍ਰੋਗਰਾਮ ਦੇਖਦੇ ਨੇ ਉਹਨਾਂ ਨੂੰ ਇਨਫੋਰਮੇਸ਼ਨ ਪਹੁੰਚਾਉਣ ਦਾ ਇੱਕੋ ਕਾਰਨ ਨੇ ਮੈਂ ਤੁਹਾਨੂੰ ਦੱਸਣਾ ਮੇਰਾ ਬਰੋਸ਼ਰ ਤੁਹਾਡੇ ਕੋਲ ਪਿਆ ਠੀਕ ਹੈ ਹੁਣ ਜਿਹੜਾ ਇਹ ਬਰੋਸ਼ਰ ਦਿਖਾਉ ਦੋ ਇੱਕ ਮਿੰਟ ਇਹ ਫਿਜ਼ੀਕਲ ਜਿਹੜੇ ਸਟਰਕਚਰ ਨੇ ਇਹਨੂੰ ਆਪਾਂ ਜਿਹੜਾ ਪੇਪਰ ਇਹਨੂੰ ਆਪਾਂ ਬਹੁਤਾ ਨਹੀਂ ਭੇਜ ਸਕਦੇ ਕਿਉਂਕਿ ਕੋਵਿਡ-19 ਕਰਕੇ ਕਈ ਤੁਹਾਨੂੰ ਪ੍ਰਕਾਸ਼ਨ ਲੈਣੀਆਂ ਪੈਣੀਆਂ ਫਿਰ ਤਰੀਕਾ ਕੀ ਹੈ ਜਿਹੜਾ ਸੋਸ਼ਲ ਮੀਡੀਆ ਦਾ ਤਰੀਕਾ ਵੀ ਹੈਗਾ ਪਲੱਸ ਜਿਹੜਾ ਡਿਬੇਟ ਕਰਨਾ ਸਾਹਮਣੇ ਬੈਠ ਕੇ ਗੱਲ ਕਰਨੀ ਜਿਹੜੀ ਪਾਲਸੀਆਂ ਐਕਸਪਲੇਨ ਕਰੋ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਐਂਡਰਿਓ ਵਿਲਕਨਸਨ ਨੇ ਚੈਲੰਜ ਕੀਤਾ ਚੈਲੰਜ ਪਹਿਲਾਂ ਕਬੂਲ ਕੀਤਾ ਵੀ ਤੁਸੀਂ ਆਓ ਡਿਬੇਟ ਕਰੋ ਡਿਬੇਟ ਕਰਨ ਦਾ ਇਹ ਮਤਲਬ ਨਹੀਂ ਵਿਖਦੋ ਜਿਹਨਾਂ ਨੂੰ ਗੁੱਸੇ ਹੋਣਾ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ ਤੁਸੀਂ ਆਪਣਾ ਪੱਖ ਦੇਣਾ ਮੈਂ ਆਪਣਾ ਪੱਖ ਦੇਣਾ ਸੋ ਮੈਂ ਇਹ ਚੈਲੰਜ ਕਰਨਾ ਕਿ ਜਿੰਨੇ ਵੀ ਕੈਂਡੀਡੇਟ ਨੇ ਜਿਸ ਤਰ੍ਹਾਂ ਮੇਰੀ ਕੰਸਟੀਚੂਐਂਟ ਸਾਡੀ ਰਾਈਡਿੰਗ ਵਿੱਚ ਜਿਹੜਾ ਐਮਐਲਏ ਪਹਿਲੇ ਐਮਐਲਏ ਨੇ ਹੁਣ ਤੇ ਸਾਰੇ ਇਹ ਕੈਂਡੀਡੇਟਾਂ ਬਾਰਾ ਕੇ ਸਾਨੂੰ ਐਕਸਪਲੇਨ ਕਰੋ ਸਾਰੀਆਂ ਗੱਲਾਂ ਲੋਕਾਂ ਨੂੰ ਦੱਸੋ ਤੇ ਤੁਹਾਡੀ ਕਾਰਵਾਈ ਕੀ ਹੈ ਆ ਯੂ ਓਪਨ ਫਾਰ ਅ ਡਿਬੇਟ ਵਿਦ ਜਿੰਨੀ ਸਿਮਸ ਆਮ ਓਪਨ ਫਾਰ ਅ ਡਿਬੇਟ ਐਨੀਵੇਅਰ ਐਨੀ ਸਟੇਸ਼ਨ ਐਨੀ ਪਲੇਸ ਸੋ ਥੈਟ ਆਈ ਕੈਨ ਟੈਲ them ਵਾਈ ਮੈਂ ਇਹ ਕਿਉਂ ਕਰਨਾ ਬਿਆਹ ਤੇ ਆ ਪਿਛਲੀ ਜਿਹੜੀ ਕਾਰਵਾਈ ਏ ਕੀ ਹੈ ਮੈਂ ਲੋਕਾਂ ਨੂੰ ਐਕਸਪਲੇਨ ਕਰਨਾ ਚਾਹੁੰਨਾ ਵੀ ਮੇਰਾ ਕੰਮ ਸ਼ਾਮ ਦੀਆਂ ਰੋਟੀ ਪਾਣਾ ਖਾਣਾ ਪੀਣਾ ਤੇ ਬਸ ਚਾਰ ਬੰਦਿਆਂ ਨਾਲ ਹੈਲੋ ਕਰਨਾ ਨਹੀਂ ਹੈਗਾ ਮੇਰਾ ਕੰਮ ਹੋਣਾ ਵੀ ਲੋਕਾਂ ਦੀ ਸਰਵਿਸ ਕਰਨ ਵਾਸਤੇ ਲੋਕਾਂ ਨੂੰ ਮੈਂ ਛੁਪ ਕੇ ਨਹੀਂ ਕੰਮ ਕਰਨਾ ਮੈਂ 9 ਮਹੀਨੇ 9 ਮਹੀਨੇ ਵਾਸਤੇ ਲੋਕੇ ਨਹੀਂ ਬਹਿਣਾ ਮੈਂ ਡਰਨਾ ਨਹੀਂ ਕਿਸੇ ਕੋਲੋਂ ਮੈਂ ਐਕਸਪਲੇਨ ਕਰਨਾ ਵੀ ਆਹ ਕੰਮ ਕਰਨੇ ਆ ਸਾਡੀ ਪਾਲਸੀ ਹੈ ਅਸੀਂ ਜੋ ਗੱਲ ਕਰਨੇ ਆ ਝੂਠ ਬੋਲਣਾ ਮੈਂ ਟੈਕਸੀਆਂ ਵਾਲਿਆਂ ਤੋਂ ਡਰ ਕੇ ਨਹੀਂ ਬਹਿਣਾ ਕਿਉਂਕਿ ਮੈਂ ਉਹਨਾਂ ਨੂੰ ਧੋਖਾ ਨਹੀਂ ਦੇਣਾ ਮੈਂ ਜਿਹੜੇ ਟਰੱਕਿੰਗ ਇੰਡਸਟਰੀ ਵਾਲਿਆਂ ਤੋਂ ਛੁਪ ਕੇ ਨਹੀਂ ਬਹਿਣਾ ਕਿਉਂਕਿ ਮੈਂ ਉਹਨਾਂ ਨੂੰ ਧੋਖਾ ਨਹੀਂ ਦੇਣਾ ਮੈਂ ਜਿਹੜੀ ਹੈਲਥ케ਅ ਸੈਕਟਰ ਵਾਲਿਆਂ ਤੋਂ ਛੁਪਕੇ ਨਹੀਂ ਬਹਿਣਾ ਕਿਉਂਕਿ ਮੈਨਾਂ ਧੋਖਾ ਨਹੀਂ ਦੇਣਾ ਮੈਂ ਜਿਹੜੇ ਲੋਕ ਜਿਹੜੇ ਨੇ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਬਾਰੇ ਜਿਹੜੇ ਅਸੀਂ ਵਾਅਦੇ ਕੀਤੇ ਨੇ ਕਰਨੇ ਨੇ ਆਉਣ ਵਾਲੇ ਸਮੇਂ ਵਿੱਚ ਉਹ ਮੈਂ ਲੋਕਾਂ ਤੋਂ ਡਰ ਕੇ ਨਹੀਂ ਬਹਿਣਾ ਛੁਪਕੇ ਨਹੀਂ ਬਹਿਣਾ ਕਿਉਂਕਿ ਜਿਹੜਾ ਬੰਦਾ ਝੂਠ ਬੋਲਦਾ ਜਿਹਨਾਂ ਨੇ ਟੋਟਲ ਇਸ ਇਸ ਏਰੀਏ ਵਿੱਚ ਜਿਹੜੇ ਸਾਡੇ ਐਮਐਲਏ ਨੇ ਉਹ ਮੈਨੂੰ ਸਮਝ ਨਹੀਂ ਆਉਂਦਾ ਵੀ ਉਹਨਾਂ ਨੂੰ ਉਹਨਾਂ ਦੀ ਉਹਨਾਂ ਦੇ ਆਪਣੀ ਵੈਲਿਊਸ ਕੀ ਨੇ ਜਦੋਂ ਤੁਹਾਨੂੰ ਇੱਕ ਵਾਰੀ ਉਹਨਾਂ ਨੇ ਸੱਸੀ ਗੱਲ ਬੁਲਾ ਦਿੱਤੀ ਵੀ ਤੁਸੀਂ ਬਹਿ ਜਾਓ ਉਸ ਤੋਂ ਬਾਅਦ ਤੁਹਾਨੂੰ ਵਾਪਸ ਨਹੀਂ ਲਿਆ ਫਿਰ ਤੁਸੀਂ ਖੜੇ ਖੜੇ ਹੋ ਗਏ ਫਿਰ ਕੁਐਸਚਨ ਕਰਦੇ ਹੋ ਪਿਓ ਜੀ ਅਸੀਂ ਹਸਪੀਟਲ ਬਣਾਵਾਂਗੇ ਉਹਨਾਂ ਨੇ ਇਹ ਪਿਛਲੇ 2 ਹਫ਼ਤਿਆਂ ਵਿੱਚ ਕਿੰਨੀ ਵਾਰੀ ਝੂਠ ਬੋਲਿਆ ਸੇਮ ਥਿੰਗ ਹਸਪੀਟਲ ਬਣ ਗਿਆ ਹਸਪੀਟਲ ਬਣ ਗਿਆ ਅਨਾਉਂਸ ਕਰਤਾ ਜੀ ਪਲਾਨ ਬਣ ਗਿਆ ਜੀ ਪੈਸੇ ਆ ਗਏ ਬਜਟ ਤੁਹਾਨੂੰ ਪਤਾ ਵੀ ਨਾ ਬਜਟ 'ਚ ਪੈਸੇ ਨਾ ਕੋਈ ਪਲਾਨ ਹੈ ਨਾ ਕੋਈ ਉਹਦੀ ਕਲਬਾ ਤੇ ਕਿਸੇ ਵੀ ਜਿਹੜਾ ਬਜਟ ਦਾ ਪ੍ਰੋਸੈਸ ਹੈ ਸੋ ਇਹ ਰੀਜ਼ਨ ਹੋ ਸਕਦਾ ਡਾਕਟਰ ਸਾਹਿਬ ਜਿਹੜਾ ਮਿਸਟਰ ਹੋਰਗਨ ਨੇ ਰਿਫਿਊਜ਼ ਕੀਤਾ ਐਥਨਿਕ ਮੀਡੀਆ ਸਨਿਕ ਵੀ ਇਹ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਐਥਨਿਕ ਮੀਡੀਆ ਸਾਊਥ ਏਸ਼ੀਅਨ ਤੁਸੀਂ ਲਾ ਲੋ ਸਪੈਸੀਫਿਕਲੀ ਆਪਣੇ ਬੈਂਕਵੈਟ ਹਾਲਸ ਵਾਲੇ ਟੈਕਸੀ ਇੰਡਸਟਰੀ ਵਾਲੇ ਟਰੱਕਿੰਗ ਇੰਡਸਟਰੀ ਵਾਲੇ ਜਿਹੜੇ ਸਾਰੇ ਅੱਕੇ ਬੈਠੇ ਐ ਉਹਨਾਂ ਨੂੰ ਪਤਾ ਸੀ ਵੀ ਉਹ ਕੁਐਸਚਨ ਉੱਪਰ ਕਿਉਂ ਨੇ ਦੈਟਸ ਵਨ ਆਫ ਦਾ ਪੋਸਿਬਿਲਟੀ ਬੇਬੀ ਆਈ ਥਿੰਕ ਆਈ ਥਿੰਕ ਯੂ ਆਰ ਐਬਸੋਲੂਟਲੀ ਰਾਈਟ ਜਿਹੜਾ ਬੰਦੇ ਦੇ ਤਾਂ ਸਾਰਾ ਸਿਸਟਮ ਸਾਫ਼ ਹੈ ਉਹ ਡਿਬੇਟ ਕਰਨ ਲਈ ਤਿਆਰ ਹੈ ਜਿਹੜਾ ਸਿਸਟਮ ਦੇ ਵਿੱਚ ਇੰਨੇ ਹੋਲ ਨੇ ਇੰਨਾ ਝੂਠ ਬੋਲਿਆ ਇਨੀਆਂ ਗੱਲਾਂ ਲੋਕਾਂ ਨੂੰ ਮਿਸਲੀਡ ਕੀਤਾ। ਤੇ ਇਸੇ ਹੀ ਜਾ ਕੇ ਆਪਣੀਆਂ ਜਿਹੜੀਆਂ ਮੀਟਿੰਗਾਂ ਵਿੱਚ ਬੈਠ ਕੇ ਕਿਹਾ ਜੀ ਅੱਜ ਟੈਕਸੀ ਦਾ ਕੰਮ ਨਾ ਆਇਆ ਤਾਂ ਫਿਕਰ ਨਾ ਕਰੋ ਬਸ ਮੈਂ ਕਰਵਾ ਹੀ ਦੇਣਾ। ਜੇ ਤੁਹਾਡਾ ਟਰੱਕਿੰਗ ਦਾ ਕੰਮ ਹੈ ਤਾਂ ਅਸੀਂ ਕਰਵਾ ਦੇਣਾ। ਅਸੀਂ ਹਸਪੀਟਲ ਬਣਾ ਦੇਣਾ। ਅਸੀਂ ਫਲਾਣਾ ਕੰਮ ਕਰ ਦੇਣਾ। ਅਸੀਂ ਆਹ ਕੰਮ ਕਰ ਦੇਣਾ। ਅਸੀਂ ਤੁਹਾਡਾ ਪੰਜਾਬ 'ਚ ਕਨੈਕਸ਼ਨ ਬਣਾ ਦੇਣਾ। ਅਸੀਂ ਅਸੀਂ ਤੁਹਾਡੀਆਂ ਜ਼ਮੀਨਾਂ ਬਚਾ ਦੇਣੀ ਐ। ਇਨੀਆਂ ਗੱਲਾਂ ਫਾਲਤੂ ਮੈਂ ਇਹਨਾਂ ਦੀਆਂ ਸੁਣੀਆਂ ਨੇ। ਇਹ ਸਾਡਾ ਜਿਹੜਾ ਖਾਸ ਕਰਕੇ ਸਰੀਪੈਣਾ ਰਾਵਾਂ ਦੀ ਜਿਹੜੀ ਜਿਹੜੇ ਵਿੱਚ ਜਿਹੜੀ ਰੈਪ੍ਰেজੈਂਟੇਸ਼ਨ ਐ ਇਸ ਦਾ ਸਭ ਤੋਂ ਪੂਰ ਪਰਫਾਰਮੈਂਸ ਹੈ ਇਹਨਾਂ ਦੇ ਜਿਹੜੇ ਕਈ ਬੰਦਿਆਂ ਨੂੰ ਮੈ ਜਾਣਾਂ ਜਿਹੜੇ ਦੋਨੋਂ ਪਾਸੇ ਕ੍ਰਾਸ ਕਰਦੇ ਗੱਲਬਾਤ ਕਰਦੇ ਰਹਿੰਦੇ ਨੇ ਉਹ ਹੈਰਾਨ ਨੇ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਇਹ ਕੁਝ ਹੋ ਰਿਹਾ ਪਰ ਨਾਲ ਇਹ ਵੀ ਦੇਖੋ ਇਹਨਾਂ ਨੂੰ ਬਚਾਉਣ ਲਈ ਪ੍ਰੀਮੀਅਰ ਦੋ ਵਾਰੀ ਆ ਚੁੱਕਾ ਹੈ ਮੇਰੀ ਕੰਸਟੀਟੂਐਂਸੀ ਵਿੱਚ ਦੋ ਵਾਰੀ ਕਿੰਨੇ ਕੋ ਪੈਸੇ ਖਰਚ ਕਰਦੇ ਨੇ ਜਦੋਂ ਹੁੰਦੇ ਨੇ ਜੀ 1.4 ਬਿਲੀਅਨ ਡਾਲਰ ਖਰਚ ਕਰ ਦੇਣਾ ਇੱਕ ਆਰਗੇਨਾਈਜੇਸ਼ਨ ਨੂੰ ਪੈਸੇ ਮਿਲੇ ਨੇ ਉਨੂੰ ਉਹਨੂੰ ਆਰਗੇਨਾਈਜੇਸ਼ਨ ਨੂੰ ਫੋਨ ਕੀਤਾ ਗਿਆ ਨੇ ਜੇ ਤੁਸੀਂ ਪਾਰਟਿਸਿਪੇਟ ਕੀਤਾ ਤੁਹਾਡਾ ਬੜਾ ਕੰਮ ਖਰਾਬ ਹੋਣਾ ਇਹ ਗੱਲਾਂ ਨੇ ਇਹ ਕੋਈ ਇਹ ਪੋਲਿਟਿਕਸ ਹੈ ਕੋਈ ਸਾਸੂ ਇਹ ਦੈਟਸ ਹੈ ਦੈਟਸ ਬ੍ਰੀ ਸਟ੍ਰੇਂਜ ਦੈਟ ਜਿਹੜੀ ਕੋਈ ਫੰਡਿੰਗ ਦੇਣੀ ਤੇ ਫਿਰ ਤੁਸੀਂ ਉਸ ਤੇ ਟਰਮਸ ਐਂਡ ਕੰਡੀਸ਼ਨ ਲਾਉਣੀਆਂ ਵੀ ਤੁਹਾਡੀ ਆਰਗੇਨਾਈਜੇਸ਼ਨ ਜੇ ਖਿਲਾਫ ਬੋਲੂਗੀ ਜਾਂ ਖਿਲਾਫ ਕੰਮ ਕਰੂਗੀ ਇਹ ਡੈਮੋਕਰੈਟਿਕ ਪ੍ਰੋਸੈਸ ਦੇ ਅਸੂਲ ਨਹੀਂ ਹੈਗੇ ਡਾਕਟਰ ਸਾਹਿਬ ਦੇਖੋ ਇਹ ਗੱਲਾਂ ਜਿਹੜੀਆਂ ਮੈਂ ਕਰਨਾ ਪਿਆ ਇਸੇ ਕਰਕੇ ਮੈਂ ਚਾਹਨਾ ਵੀ ਡਿਬੇਟ ਹੋਏ yes سامنے ਬੈ ਕੇ ਡਿਬੇਟ ਹੋਏ ਇੰਡੀਪੈਂਡੈਂਟ ਜਿਹੜੇ ਨੇ ਜਿਹੜੇ ਕੁਐਸਚਨਰ ਸਾਨੂੰ ਪੁੱਛਣ ਆ ਕੇ ਪੰਜ ਜਿਹੜੇ ਤੁਹਾਡੇ ਵਰਗੇ 10 15 ਜਿਹੜੇ ਬੰਦੇ ਕਮਿਊਨਿਟੀ ਵਿੱਚੋਂ ਜਰਨਲਿਸਟ ਨੇ ਕਹਿੰਦੇ ਘੁੰਦੇ ਜਨਾਂ ਦੀ ਕ੍ਰੈਡੀਬਿਲਟੀ ਹੈਗੀ ਉਹ ਆ ਕੇ ਸਾਨੂੰ ਇੰਡੀਪੈਂਡੈਂਟ ਸਵਾਲ ਪੁੱਛਣ yes ਤੇ ਪੁੱਛਣ ਵੀ ਤੁਸੀਂ ਕੀ ਕੀਤਾ ਹੁਣ ਕਿੱਥੇ ਤੁਹਾਡੀ ਪਾਰਟੀ ਦੀ ਪਾਲਿਸੀ ਕਿਹੜੀ ਹੈ ਸੋ ਇਸ ਕਰਕੇ ਜਿਹੜਾ ਪੈਨਾਰਾਮਾ ਜਿਹੜੀ ਸਰੀ ਪੈਨਾਰਾਮਾ ਦੇ ਲੋਕ ਨੇ ਉਹ ਐਕਚੁਅਲੀ ਉਹਨਾਂ ਨੂੰ ਲਿਆ ਗਿਆ ਫॉर ਗਰੰਟਡ ਕੋਈ ਗੱਲ ਨਹੀਂ ਜੀ ਬਸ ਬਸ ਦੋ ਵਾਰੀ ਸ਼ਾਮ ਨੂੰ ਤੁਹਾਡੀ ਮੰਗਣੀ ਤੇ ਪਹੁੰਚ ਗਏ ਤੇ ਵਿਆਹ ਤੇ ਪਹੁੰਚ ਗਏ ਤੇ ਥੋੜਾ ਜਿਹਾ ਨੱਚਣ ਉੱਚਲਿਆ ਉਹ ਕੰਮ ਤੇ ਨਹੀਂ ਹੋਣਾ ਇਹ ਕੰਮ ਉਹ పార్ਟ ਆਫ ਉਹ ਕਲਚਰਲ ਐਕਟੀਵਿਟੀ ਆਫ ਪੋਲਿਟিক্যাল ਐਕਸ਼ਨ ਨਹੀਂ ਹੈਗਾ ਐਗਜ਼ੀਕਿਊਸ਼ਨ ਨਹੀਂ ਪਾਲਿਸੀ ਉਹ ਤੁਸੀਂ ਰਿਜ਼ਲਟ ਤੁਹਾਡੇ ਨਹੀਂ ਹੈਗੇ ਜਦੋਂ ਤੁਹਾਨੂੰ ਪਤਾ ਵੀ ਤੁਸੀਂ 엠ਬੈਰਸਮੈਂਟ ਹੋ ਇੱਕ ਕਿਸਮ ਕਿਸਮ ਦੀ ਕਦੀ ਨਹੀਂ ਮੈਂ ਸੁਣਿਆ ਕਿਸੇ ਦਾ ਇੰਨਾ ਲੰਬਾ ਚੌੜਾ ਕੰਮ ਹੋਇਆ ਹੋਵੇ ਸੋ ਇਹ ਮੈਨੂੰ ਲੋਕਾਂ ਨੂੰ ਦੱਸਣਾ ਪੈਣਾ ਮੈਨੂੰ ਬੜਿਆਂ ਨੇ ਕਿਹਾ ਸੀ ਆਪਣੇ ਕੈਂਪੇਨ ਜਿਹੜੀਆਂ ਮੈਂ ਕਿਹਾ ਕੈਂਪੇਨ ਤੇ ਪੋਜ਼ਿਟਿਵ ਕਰਨੀ ਹੈ ਪਰ ਸਾਰੇ ਮੈਨੂੰ ਕਹਿ ਰਹੇ ਨੇ ਤੁਸੀਂ ਬੋਲਦੇ ਕਿਉਂ ਨਹੀਂ ਉਹਨਾਂ ਬਾਰੇ ਮੈਂ ਕਿਹਾ ਵੀ ਉਹਨਾਂ ਬਾਰੇ ਮੈਂ ਕੀ ਬੋਲਾਂ ਮੈਨੂੰ ਤੇ ਲੋਕੀ ਸਵਾਲ ਪੁੱਛਦੇ ਨੇ ਮੈਂ ਕਿਹਾ ਵੀ ਆਹ ਉਹਨਾਂ ਦਾ ਲੋਅ ਨੰਬਰ ਕੰਸਟੀਟੂਐਂਸੀ ਦਾ ਨੰਬਰ ਲੋ ਉਹਨਾਂ ਦੇ ਆਫਿਸ ਉੱਥੇ ਜਾ ਕੇ ਫੋਨ ਕਰੋ ਉਹਨਾਂ ਨਾਲ ਗੱਲ ਗੱਲ ਕਰੋ ਇਹ ਮੇਰਾ ਸਿਆਪਾ ਨਹੀਂ ਹੈਗਾ ਉਹਨਾਂ ਦਾ ਪਾਇਆ ਅਸੀਂ ਜਿਹੜਾ ਮੇਰਾ ਕੰਮ ਹੈ ਕਿ ਆਪਣੀ ਪਾਰਟੀ ਦੇ ਪਲੈਟਫਾਰਮ ਨੂੰ ਅੱਗੇ ਲੈ ਕੇ ਆਉਣਾ ਅਸੀਂ ਹਸਪੀਟਲ ਬਣਾਉਣਾ ਅਸੀਂ ਅਸੀਂ ਇਨਫਰਾਸਟ੍ਰਕਚਰ ਦੇ ਧਿਆਨ ਦੇਣਾ ਅਸੀਂ 브릿ਜਸ ਬਾਰੇ ਗੱਲ ਕਰਨੀ ਹੈ ਅਸੀਂ ਆਪਣਾ ਜਿਹੜਾ ਪਟੋਲਾ ਬ੍ਰੇਡ ਦਾ ਇਹਨਾਂ ਜਿਹੜਾ ਜਿਹੜਾ ਡਰਾਮਾ ਕੀਤਾ ਸੀ ਉਹਨੂੰ ਫਿਕਸ ਕਰਨਾ ਸੋ ਲੈਟਸ ਥੈਟਸ ਮਾਈ ਨੈਕਸਟ ਕੁਐਸਚਨ ਡਾਕਟਰ ਸਾਹਿਬ ਵੈਸੇ ਹੀ ਮੇਰਾ ਕੁਐਸਚਨ ਸੀਗਾ ਪਾਰਟੀ ਪਲੈਟਫਾਰਮ ਦੀ ਗੱਲ ਕਰੀਏ ਕਿਉਂਕਿ ਜਿਹੜੀ ਹੁਣ ਗੱਲਬਾਤ ਕਮਿਊਨਿਟੀ ਦੇ ਵਿੱਚ ਚੱਲ ਰਹੀ ਹੈ ਹਸਪੀਟਲ ਇਹਨਾਂ ਨੇ ਅਨਾਉਂਸ ਕੀਤਾ ਦੈਨ ਨਥਿੰਗ ਹੈਪਨਡ ਜਿਹੜੀ ਸਕਾਈ ਟ੍ਰੇਨ ਹੈ ਨੋ ਵਰਕ ਸਟਾਰਟਡ ਐਂਡ ਪਟਾਲੋ ਬ੍ਰਿਜ ਨਥਿੰਗ ਸਟਾਰਟਡ ਹੁਣ ਲੋਕੀ ਕੰਪੇਅਰ ਕਰਨ ਲੱਗ ਪਏ ਡਾਕਟਰ ਸਾਹਿਬ ਕਿ ਵੈਨਕੂਵਰ ਚ ਹਸਪੀਟਲ ਵੀ ਸ਼ੁਰੂ ਹੋ ਰਿਹਾ ਕੰਮ ਸਕਾਈ ਟ੍ਰੇਨ ਦਾ ਕੰਮ ਵੀ ਸ਼ੁਰੂ ਹੋ ਰਿਹਾ ਕਿ ਤੁਸੀਂ ਕਹਿੰਦੇ ਵੀ ਇਹਨੂੰ ਸਰੀ ਨੂੰ ਸੈਕੰਡ ਕਲਾਸ ਸਿਟੀਜ਼ਨ ਦੇ ਤੌਰ ਤੇ ਇਹ ਟ੍ਰੀਟ ਕਰ ਰਹੇ ਦੇਖੋ ਸਰੀ ਦੇ ਵਿੱਚ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਹਰ ਇੱਕ ਜਿਹੜਾ ਐਮ.ਐਲ.ਏ ਉਹ ਕੰਮ ਨਹੀਂ ਕਰਦਾ ਇਹ ਤਾਂ ਮੈਂ ਕਹਿ ਨਹੀਂ ਸਕਦਾ ਕਿਤੇ ਗਲਤ ਗਲਤ ਹੋਣੀ ਹੈ ਪਰ ਜਿਨ੍ਹਾਂ ਲੋਕਾਂ ਦੀ ਪੋਜੀਸ਼ਨ ਸੀ ਇਨਫਲੂਐਂਸ ਕਰਨ ਦੀ ਜਿਨ੍ਹਾਂ ਨੇ ਉੱਥੇ ਜਾ ਕੇ ਸਰੀ ਦੇ ਬਿਹਾਫ ਤੇ ਬੋਲਣਾ ਸੀ ਉਹ ਤੇ ਆਫਸੇ ਨੇ ਜਦੋਂ ਸਪੋਜ਼ ਵੀ ਤੁਹਾਡੀ ਆਰਗੇਨਾਈਜੇਸ਼ਨ ਵਿੱਚ ਤੁਸੀਂ ਮੇਜਰ 플레이ਰ ਹੋ ਤੇ ਜੇ ਤੁਹਾਡੇ ਤੇ ਇਨਵੈਸਟੀਗੇਸ਼ਨ ਹੋ ਗਈ ਤੁਸੀਂ ਆਪਣੇ ਕਲਾਇੰਟ ਲਈ ਕੀ ਕਰਨਾ ਜ਼ੀਰੋ ਤੁਸੀਂ ਕੁਝ ਨਹੀਂ ਕਰ ਸਕਦੇ ਇਸ ਤਰ੍ਹਾਂ ਜਦੋਂ ਇਹਨਾਂ ਦੀ ਪਰਫਾਰਮੈਂਸ ਆਪਣੀ ਪੂਰ ਹੋਈ ਇਹ ਸਰੀ ਨੂੰ ਡਿਲੀਵਰ ਨਹੀਂ ਕਰ ਕਰ ਸਕੇ ਇਹਨਾਂ ਦੀ ਡਿਲੀਵਰੀ ਇੰਨੀ ਪੂਰ ਹੈ ਕਿ ਹੁਣ ਜਿਹੜਾ ਜਿਹੜਾ ਬੰਦਾ ਐਮਐਲਏ ਜਿਹੜੇ ਨੇ ਸਿਟਿੰਗ ਜਿਨ੍ਹਾਂ ਜਿਨ੍ਹਾਂ ਨੇ ਕੰਮ ਕੀਤਾ ਉਹ ਬੜੇ ਕੰਫਰਟੇਬਲ ਆਪਣਾ ਕੰਮ ਕਰਦੇ ਪਏ ਨੇ ਨਾਕਡੋ ਉਹਨਾਂ ਦੀ ਰਿਸੈਪਸ਼ਨ ਚੰਗੀ ਹੈ ਜਿਹੜੇ ਇਨਫੈਕਟਿਵ ਨੇ ਆ ਜਿਨ੍ਹਾਂ ਨੇ ਮਿਸਲੀਡ ਕੀਤਾ ਉਹਨਾਂ ਦੀ ਪ੍ਰੋਬਲਮ ਹੈ ਸੋ ਇਹਨਾਂ ਦੇ ਵਿੱਚ ਇਹ ਗੱਲ ਹੋਈ ਕਿ ਜਿਹੜੀ ਜਿਹੜੀ ਅਨਾਉਂਸਮੈਂਟ ਦੀ ਮੈਂ ਤੁਹਾਨੂੰ ਦੱਸਣਾ ਜੇ ਹੁਣ ਮੈਂ ਤੁਹਾਡੇ ਸਾਹਮਣੇ ਬੈਠਾ ਜਿਹੜੀ ਮੈਂ ਗੱਲ ਕਰਨੀ ਹੈ ਇਹਦਾ ਕੋਈ ਵਜਨ ਚਾਹੀਦਾ ਵੀ ਅਸੀਂ ਕਿਹਾ ਵੀ ਅਸੀਂ ਹਸਪੀਟਲ ਬਣਾਣਾ ਠੀਕ ਹੈ ਹਸਪੀਟਲ ਬਣਾਉਣ ਤੋਂ ਬਾਅਦ ਤੁਹਾਨੂੰ ਕਿਹਾ ਵੀ ਅਸੀਂ ਇਹ ਪ੍ਰੋਸੈਸ ਸਿਰ ਨਾਰਮਲ ਤੁਹਾਡੇ ਮੈਂ ਪ੍ਰੋਗਰਾਮ ਸਰੀ ਬਨਾ ਰਹਾ ਹਾਂ ਮਾ ਦੇ ਲੋਕਾਂ ਨਾਲ ਡਾਇਰੈਕਟਲੀ ਗੱਲ ਕਰਨਾ ਪਿਆ ਜਦੋਂ ਹਸਪੀਟਲ ਬਣਾਣਾ ਉਹਦੀ ਪਲਾਨ ਤੇ ਚਾਹੀਦਾ ਉਹਦਾ ਅਸੀਂ ਬਜਟ ਬਣਾਣਾ ਉਹਨੂੰ ਬਜਟ ਦੀ ਲਾਈਨ ਸ਼ੋ ਕਰਨੀ ਹੈ ਤੁਸੀਂ ਉਹ ਬਜਟ ਪਾਸ ਕਰਾਉਣਾ ਫਿਰ ਉਹਨੂੰ ਐਗਜ਼ੀਕਿਊਟ ਕਰਨਾ ਉਸ ਤੋਂ ਬਾਅਦ ਸਾਰੀ ਉਹਦੀ ਕੰਸਲਟੇਸ਼ਨ ਹੋਣੀ ਹੈ ਆਲੇ ਦੁਆਲੇ ਲੋਕਾਂ ਨਾਲ ਲੋਕਾਂ ਨਾਲ ਸਲਾਹ مشورہ ਹੋਣਾ ਹੈ ਉਹਦੇ ਜਿਹੜੇ ਪ੍ਰੋਫੈਸ਼ਨਲਜ਼ ਨਾਲ ਗੱਲ ਹੋਣੀ ਹੈ ਪਲੈਨਿੰਗ ਹੋਣੀ ਹੈ ਕੌਣ ਬਣਾ ਰਿਹਾ ਕਿੱਥੇ ਬਣਾ ਰਿਹਾ ਪ੍ਰਾਪਰਟੀ ਅੱਜ ਮੈਨੂੰ ਸਵੇਰੇ ਮੈਂ ਇੱਕ ਸਟੇਸ਼ਨ ਤੋਂ ਸੁਣਿਆ ਬੜਾ ਉਹਨਾਂ ਨੇ ਬੜਾ ਦਿਨ ਘੰਟ ਦੋ ਘੰਟ ਲਾ ਕੇ ਉਹਨਾਂ ਨੇ ਪ੍ਰੋਗਰਾਮ ਕੀਤਾ ਇਹਨਾਂ ਵਾਸਤੇ ਵੀ ਉੱਥੇ ਜੇ ਪ੍ਰਾਪਰਟੀ ਵੀ ਨਹੀਂ ਅਜੇ ਮੇਕਰ ਟਰਾਂਸਫਰ ਹੋਈ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਡਾਊਟ ਨਹੀਂ ਕ੍ਰੀਏਟ ਕਰਦੀਆਂ ਇਹ ਐਕਚੁਅਲੀ ਇਹ ਸ਼ੋ ਕਰਦੀਆਂ ਨੇ ਪੈਟਰਨ ਆਫ ਬਿਹੇਵੀਅਰ ਐਂਡ ਮਿਸਲੀਡਿੰਗ ਸਟੇਟਮੈਂਟਸ ਐਂਡ ਆ ਕੇ ਇਸੇ ਸਟੇਸ਼ਨ ਤੇ ਜਾਂ ਕਿਤੇ ਹੋਰ ਜਾ ਕੇ ਕਹਿਣਾ ਬਸ ਬੰਨ ਜਾਣਾ ਜੀ ਟਰਸਟ ਆ ਟਰਸਟ ਨਹੀਂ ਇਸ ਕੰਮ 'ਚ ਟਰਸਟ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਤੁਹਾਡਾ ਰੈਕર્ડ ਹੈ ਉਹ ਠੀਕ ਨਹੀਂ ਹੈਗਾ ਕਿਉਂਕਿ ਰੈਕર્ડ ਦੇ ਵੇਲੇ ਤੁਸੀਂ ਸਾਰੇ ਤੁਹਾਡੇ ਹੋਲੇ ਕਿਉਂਕਿ ਤੁਸੀਂ ਵਾਦਾ ਕੀਤਾ ਜਿਹੜੇ ਦੇਖੋ ਐਮ ਐਲ ਏ ਦੀ ਹੁੰਦੀ ਹੈ ਪੋਜੀਸ਼ਨ ਕਿ ਉਹ ਐਡਵੋਕੇਟ ਕਰ ਸਕਦਾ ਠੀਕ ਹੈ ਉਹ ਜਾ ਕੇ ਉਹਨੇ ਕੈਬਨਟੇ ਜਾ ਕੇ ਆਪਣੇ ਜਾਂ ਕਾਕਸ ਮੀਟਿੰਗ ਕਿਹਾ ਨਾ ਵੀ ਅਮਰੀਕਨ ਸਿਚੁਏਸ਼ਨ ਪਰ ਸਰੀ ਦੇ ਤਾ ਐਨ ਡੀ ਪੀ ਕਾਕਸ ਦੇ ਵਿੱਚ ਮੰਤਰੀ ਵੀ ਬੈਠੇ ਉਹ ਉਹਨਾਂ ਦੇ ਵਿੱਚੋਂ ਇਹਨਾਂ ਦਾ ਪਹਿਲਾ ਰੋਲ ਸੀ ਠੀਕ ਹੈ ਇਹ ਜਾ ਤੇ ਇਹਨਾਂ ਦੀ ਤਾਂ ਡਿਲੀਵਰੀ ਜ਼ੀਰੋ ਰਹੀ ਉਸ ਤੋਂ ਬਾਅਦ ਇਹਨਾਂ ਨੂੰ ਆਪਣੀ ਪ੍ਰੋਬਲਮ ਪੈ ਗਈ ਇਹ ਤਾਂ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੂੰ ਪ੍ਰੋਬਲਮ ਕਿੱਡੀ ਵੱਡੀ ਪੈ ਗਈ ਤੇ ਪਰ ਹੈਰਾਨੀ ਦੀ ਇਹ ਗੱਲ ਹੈ ਕਿ ਜੇ ਸਪੋਜ਼ ਵੀ ਇਹੋ ਜਿਹਾ ਕੋ ਇਸ਼ੂ ਹੈ ਬੰਦਾ ਆਪ ਹੀ ਸ਼ਰਮ ਕਰਦਾ ਵੀ ਮੈਂ ਕਿ ਮੈਂ ਦੁਬਾਰਾ ਮੈਂ ਕਿਸ ਤਰ੍ਹਾਂ ਡੋਰ ਨਾਕ ਕਰਾਂ ਪਰ ਜਦ ਅਸੀਂ ਹੁਣ ਮੈਂ ਦੱਸਣਾ ਪਿਛਲੇ ਹਫਤੇ ਵਿੱਚ ਅਸੀਂ ਪੀਐਸਟੀ ਅਨਾਉਂਸ ਕੀਤਾ ਯਾ ਦੈਟਸ ਮਾਈ ਨੈਕਸਟ ਕੁਐਸਚਨ ਪਾਰਟੀ ਪਲੈਟਫਾਰਮ ਦੀ ਗੱਲ ਕਰੀਏ ਆ ਤੁਹਾਡੀ ਪਾਰਟੀ ਦਾ ਕੀ ਪਲੈਟਫਾਰਮ ਹੈ ਕੀ ਕੀ ਪ੍ਰੋਗਰਾਮ ਉਲੇਕੇ ਹੈ ਹਾਲਾਂਕਿ ਪੂਰਾ ਪਲੈਟਫਾਰਮ ਹਲੇ ਨਹੀਂ ਆਇਆ ਸਾਹਮਣੇ ਪਰ ਪੀਐਸਟੀ ਬਾਰੇ ਤੁਸੀਂ ਗੱਲ ਕਰ ਰਹੇ ਸੀਗੇ ਮੈਂ ਦੱਸਣਾ ਵੀ ਅਸੀਂ ਪੀਐਸਟੀ ਅਨਾਉਂਸ ਕੀਤੀ ਵੀ ਅਸੀਂ ਫਸਟ ਈਅਰ ਪੀਐਸਟੀ ਨਹੀਂ ਲਾਣੀ ਉਸ ਜਿਹੜਾ ਪੀਐਸਟੀ ਨਾਲ ਲਾਣ ਦਾ ਕਾਰਨ ਹੈ ਵੀ ਹਰ ਵਰਗ ਦਾ ਜੇ ਜੇਦੀ ਵੀ ਕੋਈ ਇਨਕਮ ਹੈ ਥੋੜੀ ਇਨਕਮ ਤੋਂ ਲੈ ਕੇ ਵੱਡੀ ਇਨਕਮ ਤੱਕ ਜੋ ਵੀ ਬੰਦਾ ਕੋਈ ਚੀਜ਼ ਖਰੀਦਦਾ ਕੋਈ ਕੰਸਟਰਕਸ਼ਨ ਕਰਦਾ ਹੋਵੇ ਰੈਨੋਵੇਸ਼ਨ ਕਰਦਾ ਪਿਆ ਕੋਈ ਬੱਚਿਆਂ ਲਈ ਸਮਾਨ ਲੈ ਰਿਹਾ ਕੋਈ ਕਿਤੇ ਹੋਰ ਕੋਈ ਕਾਰ ਲੈ ਰਿਹਾ ਕੋਈ ਰਿਪੇਅਰ ਕਰਾ ਰਿਹਾ ਉਹ 7% ਜਿਹੜਾ ਲੋਕਾਂ ਨੂੰ ਬਚੇਗਾ ਉਹ ਦੁਬਾਰਾ ਰੀਨਵੈਸਟਮੈਂਟ ਕਰਨਗੇ ਉਹਦੇ ਨਾਲ ਕੌਨਫੀਡੈਂਸ ਵੱਧਦਾ ਇੱਕ ਬਿਜ਼ਨਸ ਵੱਧਦਾ ਇੱਕ ਘਰ ਵਾਸਤੇ ਵੱਧਦਾ ਐਵਰੇਜ ਜਿਹੜਾ ਬੰਦਾ ਜਿਹੜੇ ਨੇ ਜਿਹਨੂੰ ਇਸ ਚੀਜ਼ ਦਾ ਘਰ ਜਿਹੜਾ ਬਣਾ ਰਿਹਾ ਉਹਨੂੰ 17-18 ਹਜ਼ਾਰ ਡਾਲਰ ਸਾਲ ਦਾ ਫਾਇਦਾ ਹੁੰਦਾ 1700 ਐਵਰੇਜ ਜਿਹੜੀ ਕੈਲਕੂਲੇਸ਼ਨ ਕਹਿ ਰਹੀ ਏ ਕਿ ਜਿਹੜਾ ਪਰ ਫੈਮਿਲੀ ਨੂੰ ਫਾਇਦਾ ਹੋਣਾ ਇਸ ਚੀਜ਼ ਦਾ ਕਿਉਂਕਿ ਇਹ ਫਾਇਦਾ ਵੀ ਆਪਾਂ ਨਹੀਂ ਕਹਿ ਸਕਦੇ ਇਸ ਤਰ੍ਹਾਂ ਕਹਿਣਾ ਚਾਹੀਦਾ ਵੀ ਇਹ ਉਹਨਾਂ ਦੇ ਪੈਸੇ ਨੇ ਜਿਹੜਾ ਜਿਹੜੀ ਟੈਕਸ ਤੁਸੀਂ ਪੇ ਕਰਦੇ ਆਪਾਂ ਸਾਰੇ ਪੇ ਕਰਨੇ ਹੋ ਰੀਸਰਕੂਲੇਟ ਹੋਣੇ ਨੇ ਵਾਪਸ ਹੋਣੇ ਨੇ ਪਰ ਐਟ ਲੀਸਟ ਇਕਨੋਮੀ ਨੂੰ ਕਿੱਕਸਟਾਰਟ ਤੇ ਕਰਨਾ ਕਿਸੇ ਹਿਸਾਬ ਨਾਲ ਸੋ ਇਹਦੇ ਵਾਸਤੇ ਜਦੋਂ ਇਹ ਪਾਲਿਸੀ ਅਨਾਉਂਸ ਹੋਈ ਇਕ ਵਰਗੇ ਸਾਰੇ ਇਹ ਕਨਫਿਊਜ਼ ਹੋ ਗਏ ਇਹਨਾਂ ਨੇ ਬੜਾ ਰੌਲਾ ਪਾਇਆ ਜੀ ਸਰਵਿਸ ਕੱਟ ਹੋਣੇ ਨੇ ਜੀ ਇਹ ਹੋਣਾ ਉਹ ਹੋਣਾ ਹੈਲਥ케ਅਰ ਤੇ ਇਹਨਾਂ ਨੇ ਕੱਟ ਕਰਨਾ ਹੈ ਐਜੂਕੇਸ਼ਨ ਤੇ ਟੋਟਲ ਮੈਂ ਅਗੇਨ ਕਹਿਣਾ ਵੀ ਇਹ ਟੋਟਲ ਮਿਸਲੀਡਿੰਗ ਕੋਈ ਸਰਵਿਸ ਤੇ ਅਸਰ ਨਹੀਂ ਪੈਣਾ ਸਰਵਿਸ ਅਸੀਂ ਇੰਪਰੂਵ ਕਰਨੀ ਹੈ ਇੰਪਰੂਵਮੈਂਟ ਦੇ ਨਾਲ-ਨਾਲ ਐਨਹਾਂਸਮੈਂਟ ਕਰਨੀ ਹੈ ਸਰੀ ਦੀ ਜਿਹੜੀ ਹੈ ਨਾ ਤੁਸੀਂ ਤੁਹਾਡਾ ਸਵਾਲ ਸੀ ਮੈਂ ਆ ਰਿਹਾ ਤੁਹਾਡੇ ਸਵਾਲ ਤੇ ਵੀ ਸਰੀ ਦਾ ਵਿਸਥਾਰ ਸਰੀ ਦਾ ਵਿਸਥਾਰ ਤੇ ਮੈਂ ਨਹੀਂ ਕਹਿ ਸਕਦਾ ਪਰ ਸਰੀ ਨਾਲ ਇਹਨਾਂ ਕੋਲ ਫੇਅਰਨੈਸ ਹੈ ਨਹੀਂ ਕਿਉਂਕਿ ਸਰੀ ਨੂੰ ਇਹ ਸਮਝਦੇ ਨੇ ਕਿ ਇਹ ਗਾਰੰਟੀਡ ਲੋਕ ਨੇ ਇਹਨਾਂ ਨੂੰ ਇਹਨਾਂ ਕੋਲ ਕੁਝ ਨਹੀਂ ਹੈਗਾ ਇਹਨਾਂ ਨੇ ਇਹਨਾਂ ਨੇ ਸਾਨੂੰ ਵੋਟਾਂ ਪਾਣੀਆਂ ਇਹ ਸਾਨੂੰ ਸਵਾਲ ਨਹੀਂ ਕਰਦੇ ਇਸੇ ਕਰਕੇ ਆਲ ਗੋ ਬੈਕ ਟੂ ਯੂਅਰ ਫਰਸਟ ਕੁਐਸਚਨ ਕਿ ਜਿਹੜੀ ਜਿਹੜੀ ਮੀਡੀਆ ਦੇ ਵਿੱਚ ਨਾ ਹੋਣਾ ਪ੍ਰੈਜੈਂਟੇਸ਼ਨ ਨਾ ਕਰਨੀ ਲੋਕਾਂ ਨੂੰ ਐਕਸਪਲੇਨ ਨਾ ਕਰਨਾ ਸਿਰਫ ਫੋਨ ਲੈਣਾ ਫੋਰ ਐਗਜ਼ਾਮਪਲ ਵੀ ਜੇ ਮੈਂ ਤੁਹਾਡੇ ਕੋਲ ਆਉਣਾ ਉੱਥੇ ਜੇ ਤੁਸੀਂ ਮੈਂ 5 ਮਿੰਟਾਂ ਜਾ ਕੇ ਭੱਜ ਜਾਣਾ ਗੱਲ ਨਹੀਂ ਨਾ ਬਣਨੀ ਯੂ ਸ਼ੁੱਡ ਆਸਕ ਮੀ ਵੀ ਆ ਸਾਰੀਆਂ ਗੱਲਾਂ ਨੇ ਇਹਨੂੰ ਐਕਸਪਲੇਨ ਕਰੋ ਦੱਸੋ ਕੀ ਕਰਨਾ ਉਹਦੇ ਇਟ ਟੇਕਸ ਟਾਈਮ ਐਂਡ ਦੈਨ ਹਰ ਡਿਬੇਟ ਦਾ ਸੈਕੰਡ ਪੱਖ ਤੁਹਾਡਾ ਆਪਣਾ ਪੱਖ ਹੈ ਮੇਰਾ ਆਪਣਾ ਪਰ ਇਸ ਟਾਈਮ ਦੇ ਵਿੱਚ ਦੇਖਣਾ ਵੀ ਕਿਹੜੇ ਇਨਸਾਨ ਕੋਵਿਡ-19 ਨੂੰ ਮੇਨਟੇਨ ਕਰ ਸਕਦੇ ਨੇ ਇਕਨੋਮੀ ਪੋਸਟ ਕੋਵਿਡ-19 ਦੀ ਇਕਨੋਮੀ ਕਿਨਾ ਕੁਲ ਕਿਨਾ ਕੁਲ ਇਸ ਚੀਜ਼ ਬਾਰੇ ਗੱਲਬਾਤ ਹੈ ਕਿ ਆ ਗਈ ਹੈ ਪਰ ਨਾਲ ਐਕਚੁਅਲੀ ਇਹ ਕਹਿਣਾ ਕਿ ਅਸੀਂ ਬੜਾ ਸੋਹਣਾ ਕੀਤਾ ਮੈਨੇਜ ਪਰ ਸਾਨੂੰ ਸਟੇਬਲ ਗਵਰਨਮੈਂਟ ਚਾਹੀਦੀ ਚਾਹੀਦੀ ਥੈਟ ਮੀਨਸ ਪਿਛਲੇ 3 ਸਾਲ ਨਹੀਂ ਸੀ ਸਟੇਬਲ ਹੈਗੀ ਜਦੋਂ ਅਸੀਂ 3 ਸਾਲ ਤੁਹਾਨੂੰ ਪਾਰਟੀ ਨੇ ਕੋਆਪਰੇਸ਼ਨ ਦਿੱਤੀ ਹੈ ਲੀਡਰ ਸਾਡੇ ਨੇ 7 ਮਹੀਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਸਾਰੇ ਕਹਿੰਦੇ ਚੁੱਪ ਬੜੇ ਨੇ ਮੈਂ ਮੈਂ ਕਿਹਾ ਵੀ ਚੁੱਪ ਕੀ ਕਰਨਗੇ ਹੁਣ ਇਸ ਟਾਈਮ ਤੇ ਕੀ ਆਪਾਂ ਕਰ ਕੀ ਸਕਦੇ ਆ ਨੌਨ ਪਾਰਟिजन ਕੋਵਿਡ ਦੇ ਵਿੱਚ ਜਦੋਂ ਆਪਾਂ ਬਿਮਾਰੀ ਨਾਲ ਲੜ ਰਹੇ ਆ ਸੋ ਉਹਨਾਂ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਸਰ ਸਾਥ ਦਿੱਤਾ ਐਂਡ ਐਥੀਕਲ ਬਿਹੇਵੀਅਰ ਨਾਲ ਕੰਮ ਕੀਤਾ ਪੂਰਾ ਉਹਨਾਂ ਦੀ ਆਪਣੀ ਇੰਟੈਗ੍ਰਿਟੀ ਅਟੈਚ ਉਹਦੇ ਨਾਲ ਕਾਇਮ ਹੈ ਉਹਨਾਂ ਕੋਲ ਨੌਲੇਜ ਹੈਗਾ ਸਾਰੀਆਂ ਗੱਲਾਂ ਜਾਣਦੇ ਨੇ ਉਹਨਾਂ ਨੂੰ ਜਾ ਕੇ ਕਿਸੇ ਦੇ ਪਿੱਛੇ ਛੁਪੰਦੀ ਜਰੂਰਤ ਨਹੀਂ ਆਗੀ ਜਦੋਂ ਐਨਡੀਓ ਵਿਲ ਕੰਸਰਨ ਦੇ ਹੋਂਣਾ ਖੜੇ ਉਹਨਾਂ ਨੇ ਆਪਣੇ ਦਿਮਾਗ ਨਾਲ ਆਪਣੇ ਕੰਮ ਕਰਨ ਕਰਨਾ ਉਹਨਾਂ ਨੇ ਤੇ ਉਹਨਾਂ ਨੂੰ ਪਤਾ ਵੀ ਇਸ ਚੀਜ਼ ਕੀ ਹੋ ਰਹੀ ਹੈ ਤੇ ਨਾਲ ਇਹ ਵੀ ਕਿਹਾ ਗਿਆ ਮੈਂ ਤੁਹਾਡੇ ਪ੍ਰੋਗਰਾਮ ਦੇ ਥਰੂ ਗੱਲ ਕਰਨੀ ਚਾਹੁੰਨਾ ਕਿ ਕਹਿੰਦਾ ਕਿਸੇ ਨੇ ਅਸੀਂ ਕਿਤੇ ਫੰਕਸ਼ਨ ਦੇ ਸੀ ਉਹਨਾਂ ਕਹਿੰਦੇ ਜੀ ਤੁਸੀਂ ਆ ਕੇ ਤੇ ਇਹ ਬਦਲ ਦੇਣੇ ਨੇ ਸਾਰੇ ਮੈਡੀਕਲ ਅਫੀਸਰ ਟੋਟਲ ਨੌਨਸੈਂਸ ਇਹ ਜਿਹੜੀ ਹੈ ਨਾ ਇਹ ਜਿਹੜੀ ਰਿਊਮਰ ਫਲਾਣੀ ਬੈ ਕੇ ਵੀ 1 ਨੂੰ 10 ਦਸੋ ਦੂਜਾ ਤੀਜਾ ਨਹੀਂ ਚੌਥਾ ਪੰਜਵੇਂ ਨੂੰ ਪਿਆਨਾ ਬਲ ਇਹ ਗੱਲ ਬਿਲਕੁਲ ਗਲਤ ਹੈ ਜਿਹੜੇ ਵੀ ਪ੍ਰੋਫੈਸ਼ਨਲਸ ਹੈਗੇ ਨੇ ਉਹ ਲਿਬਰਲ ਗਵਰਨਮੈਂਟ ਦੇ ਟਾਈਮ ਅਪੁਆਇੰਟ ਹੋਏ ਸਨ ਇਹਨਾਂ ਨੇ ਅਪੁਆਇੰਟ ਕੀਤੇ ਤੇ ਨਾਲੇ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਮਾੜੇ ਟਾਈਮ ਚ ਹੈਲਪ ਕੀਤੀ ਉਹ ਫੈਡਰਲ ਗਵਰਨਮੈਂਟ ਪੈਸੇ ਦੇ ਰਹੀ ਹੈ ਫੈਡਰਲ ਗਵਰਨਮੈਂਟ ਦੇ ਪੈਸੇ ਤੁਸੀਂ ਵੰਡਦੇ ਪਿਓ ਬੀਸੀ ਦਾ ਹਿੱਸਾ ਬੰਦ ਹੈ ਉਹ ਬਹੁਤ ਇੰਪੋਰਟੈਂਟ ਗੱਲ ਹੈ ਉਹਦੇ ਵਿੱਚ ਚੰਗੀ ਗੱਲ ਹੈ ਵੀ ਫੈਡਰਲ ਗਵਰਨਮੈਂਟ ਬਰਿਟਿਸ਼ ਕੋਲੰਬੀਆ ਨੂੰ ਡੂ ਰਿਸਪੈਕਟ ਦੇ ਕੇ ਤੇ ਅੱਗੇ ਫੰਡਸ ਪ੍ਰੋਵਾਈਡ ਕਰਦੀ ਪਈ ਐ ਐਜੂਕੇਸ਼ਨਲੀ ਫੰਡਸ ਮਿਲੇ ਨੇ ਮੈਡੀਕ ਉਹਦੇ ਵਾਸਤੇ ਪਰਮਿਸ਼ਨਲੀ ਫੰਡਸ ਮਿਲੇ ਨੇ ਸਕੂਲ ਦੇ ਟਾਈਮ ਓਪਨ ਦੇ ਟਾਈਮ ਤੇ ਕੁਝ ਫੰਡਸ ਮਿਲੇ ਸੀ ਸੋ ਜਿਹੜੀਆਂ ਸਾਰੀਆਂ ਗੱਲਾਂ ਨੇ ਇੱਕ ਡਿਬੇਟ ਚ ਹੀ ਹੋ ਸਕਦੀਆਂ ਸੀ ਜੇ ਯੈਸ ਇਹ ਗੱਲਾਂ ਹੁਣ ਜਿਸ ਤਰ੍ਹਾਂ ਮੈਂ ਕਰਨਾ ਪਿਆ ਤੁਹਾਡੇ ਨਾਲ ਜੇ ਤੁਸੀਂ ਮੈਨੂੰ ਚੈਲੰਜ ਨਹੀਂ ਕਰੋਗੇ ਚੈਲੰਜ ਕੌਣ ਕਰੇਗਾ ਜਿਹੜਾ ਦੂਜੀ ਪਾਰਟੀ ਦਾ ਬੰਦਾ ਉਹਨਾਂ ਨੂੰ ਕਹੋ ਵੀ ਆਓ ਸਾਡੇ ਨਾਲ ਗੱਲਬਾਤ ਕਰੋ ਸਾਡੇ ਨਾਲ ਦੱਸੋ ਵੀ ਤੁਹਾਡਾ ਕੀ ਹੈ ਜਿਹੜੇ ਜਿਹੜੇ ਕੈਂਡੀਡੇਟ ਨੇ ਮੇਰੇ ਮੁਕਾਬਲੇ ਚ ਜਿਹੜਾ ਕੈਂਡੀਡੇਟ ਖੜਾ ਉਹਨੇ ਕਰਨਾ ਮੇਰ ਨਾਲ ਉਹ ਮੇਰੇ ਸਾਹਮਣੇ ਆ ਉਹਨਾਂ ਨਾਲ ਕਰਾਂਗੇ ਗੱਲਬਾਤ ਤੇ ਮੈਂ ਉਹਨਾਂ ਨੂੰ ਸੀ ਇਨਵਾਈਟ ਕਰਾਂਗੇ ਸਾਡੀ ਗੱਲ ਚੱਲ ਰਹੀ ਹੈ ਡਾਕਟਰ ਗੁਲਜ਼ਾਰ ਚੀਵਾ ਨਾਲ ਤੁਹਾਨੂੰ ਪਤਾ ਹੈ ਕਿ ਇਹ ਕੈਂਡੀਡੇਟ ਹੈ ਸਰੀ ਪੈਨੋਰਾਮਾ ਰਾਈਡਿੰਗ ਦੇ ਵਿੱਚੋਂ ਤੇ ਬੜੀ ਸਾਡੀ ਖੁੱਲੀ ਗੱਲਬਾਤ ਚੱਲ ਰਹੀ ਹੈ ਪਾਰਟੀ ਪਲੈਟਫਾਰਮ ਦੀ ਗੱਲ ਹੋਊਗੀ ਕਿਸ ਤਰ੍ਹਾਂ ਦੇ ਜਿਹੜੇ ਵਾਅਦੇ ਕੀਤੇ ਜਾ ਰਹੇ ਆ ਜਿਹੜੇ ਪਹਿਲਾਂ ਵਾਅਦੇ ਕੀਤੇ ਸੀ ਉਹ ਡਿਲੀਵਰ ਕਰ ਰਹੇ ਆ ਕਿ ਨਹੀਂ ਤੇ ਅੱਜ ਅਸੀਂ ਫੋਨ ਕਾਲਸ ਨਹੀਂ ਲੈ ਰਹੇ ਸੌਰੀ ਆ ਬਿਕਾਜ਼ ਅੱਜ ਕਾਫੀ ਡਾਕਟਰ ਸਾਹਿਬ ਤੋਂ ਇਹਨਾਂ ਦੇ ਪਲੈਟਫਾਰਮ ਬਾਰੇ ਇਹਨਾਂ ਦੀ ਰਾਈਡਿੰਗ ਬਾਰੇ ਇਹਨਾਂ ਦੇ ਕੰਟਰੀਬਿਊਸ਼ਨ ਬਾਰੇ ਗੱਲ ਕਰਨੀ ਹੈ ਤੇ ਇਹ ਕੰਟਰਾਸਟ ਦੇਖਣਾ ਹੈ ਕਿ ਜਿਹੜੀ ਹੁਣ ਸਿਟਿੰਗ ਐਮ ਐਲ ਏ ਆ ਹੁਣ ਤਾਂ ਉਹ ਕੈਂਡੀਡੇਟ ਜਿਨੀਸਿਅਮਸ ਤੇ ਡਾਕਟਰ ਚੀਮਾ ਦੇ ਵਿੱਚ ਕੀ ਡਿਫਰੈਂਸ ਹੈ ਇਹ ਆਪਣੀ ਗੱਲਬਾਤ ਹੋਊਗੀ 3-4 ਮਿੰਟ ਦਾ ਕਮਰਸ਼ਲ ਬਲੈਕ ਬ੍ਰੇਕ ਲੈ ਕੇ ਪਰਤੀਕੀ ਆਉਨੇ ਆ ਪਲੀਜ਼ ਸਟੇ ਟਿਊਨਡ ਇਨ ਔਰ ਟਾਕ ਟੂ ਯੂ ਸੂਨ ਥੈਂਕ ਯੂ ਸਸਕਾਰ ਐਂਡ ਵੈਲਕਮ ਬੈਕ ਟੂ ਸੀ ਜੇ ਸਿੱਧੂ ਸ਼ੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਮੇਰੀ ਗੱਲਬਾਤ ਚੱਲ ਰਹੀ ਹੈ ਡਾਕਟਰ ਗੁਲਜ਼ਾਰ ਚੀਮਾਨ ਨਾਲ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਮੈਡੀਕਲ ਪ੍ਰੋਫੈਸ਼ਨਲ ਕਮਿਊਨਿਟੀ ਦੀ ਵਿੱਚ ਅਨੰਦਿਆ ਕਮਿਊਨਿਟੀ ਦੀ ਕਾਫੀ ਸਾਲਾਂ ਤੋਂ ਸੇਵਾ ਕਰ ਰਿਹਾ ਤੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਅੱਜ ਅਸੀਂ ਫੋਨ ਕਾਲਸ ਨਹੀਂ ਲੈ ਰਹੇ ਪਰ ਉਹਨਾਂ ਤੋਂ ਅਸੀਂ ਕਾਫੀ ਕੁਐਸਚਨ ਪੁੱਛਣੇ ਆ ਤੁਹਾਨੂੰ ਪਤਾ ਹੈ ਕਿ ਬੀਸੀ ਤੇ ਜਿਹੜੇ ਇਲੈਕਸ਼ਨ ਹੈ ਪੂਰੇ ਸਰਗਰਮੀ ਨਾਲ ਸੈਕੰਡ ਵੀਕ 'ਚ ਪਹੁੰਚ ਚੁੱਕੇ ਹੈ ਤੇ ਦੋਨੇ ਹੀ ਪਾਰਟੀਆਂ ਆਪਦੇ-ਆਪਦੇ ਪ੍ਰੋਗਰਾਮ ਸਲ ਇਹਨਾਂ ਆਵਦੇ ਪੇਸ਼ ਕਰ ਰਹੀਆਂ ਸੋ ਇਹੇ ਗੱਲਬਾਤ ਚੱਲੂਗੀ ਜਿਹੜੇ ਕਾਫੀ ਇੱਕ ਜਿਹੜਾ ਮੁੱਦਾ ਹੈਗਾ ਡਾਕਟਰ ਸਾਹਿਬ ਜਿਹੜਾ ਕਿ ਕਾਫੀ ਲੋਕੀ ਭੁੱਲ ਗਏ ਆਲਮੋਸਟ ਜਿਹੜਾ ਇਲੈਕਟਰਲ ਰਿਫਾਰਮ ਹੋਇਆ ਸੀ ਉਹਦੀ ਮੈਂ ਗੱਲ ਨਹੀਂ ਸੁਣੀ ਲੇਟਲੀ ਸੋ ਉਹਦੇ ਵਿੱਚ ਇਹਨਾਂ ਨੇ ਐਨਡੀਪੀ ਉਹਦੇ ਫੇਵਰਸ ਸੀਗੀ ਪਰ ਇਲੈਕਟਰਲ ਰਿਫਾਰਮ ਜਿਹੜਾ ਹੈਗਾ ਥੋੜੀ ਪਾਰਟੀ ਪਲੱਸ ਜਿਹੜੇ ਇੰਡੀਪੈਂਡੈਂਟ ਐਂਡ ਆਈ ਡਿਡ ਫਿਊ ਟੀਵੀ ਇੰਟਰਵਿਊਜ਼ ਵਿਦ ਯੂ ਐਟ that time ਐਂਡ ਉਹ ਜਿਹੜਾ ਸੀਗਾ ਉਹ ਮਤਾ ਫਿਰ ਪਾਸ ਹੋਇਆ ਮੈਸੇਜ ਇਹ ਜਿਹੜਾ ਗੱਲ ਇਹਦੇ ਬਾਰੇ ਮੈਂ ਗੱਲ ਕਰਨੀ ਚਾਹਣਾ ਇਹ ਮੈਂ ਸਮਝਦਾ ਵੀ ਇਸ ਇਲੈਕਸ਼ਨ ਦੇ ਵਿੱਚ ਇੱਕ ਹਿਡਨ ਮੁੱਦਾ ਇਹ ਨਾ ਇਹਨਾਂ ਨੂੰ ਆਤੇ ਡਰਾਮਾ ਕਰਨ ਦੀ ਝੂਠ ਬੋਲਣ ਦੀ ਫਿਰ ਜਾ ਕੇ ਜਿੱਤ ਕੇ ਫਿਰ ਡਰਾਮਾ ਕਰਨ ਦੀ ਦੁਬਾਰਾ ਪਹਿਲੇ ਸਾਲ ਜਦੋਂ ਰੈਫਰੈਂਡਮ ਸੀ ਪਤਾ ਤੁਹਾਨੂੰ ਕਿ ਸਰੀ ਦੇ ਵਿੱਚ ਇਹਨਾਂ ਨੇ ਲੂਸ ਕੀਤਾ ਯੈਸ ਬਿਗ ਟਾਈਮ ਲੂਸ ਕੀਤਾ ਇਹੋ ਹੀ ਐਮਐਲਏ ਜਿਹੜੇ ਕਿ ਸਾਡੇ ਜਿਹੜੇ ਸਾਊਥ ਏਸ਼ੀਅਨ ਪਾਈਚਾਰੇ ਜਾਂ ਕਿਸੇ ਹੋਰ ਕਮੇਟੀ ਦੀ ਜਿਹੜੀ VOTING ਪਾਵਰ ਹੈ ਉਹਨੂੰ ਡਿলিউਟ ਕਰਨਾ ਚਾਹੁੰਦੇ ਸੀ ਤਾਂ ਕਿ ਇਹਨਾਂ ਦੇ ਵਾਕਫ ਬੰਦੇ ਤੇ ਇਹਨਾਂ ਦੇ ਬੱਚੇ ਅੱਗੇ ਜਾ ਕੇ MLA ਬਣ ਸਕਣ ਇਸ ਕਰਕੇ ਮੈਂ ਸਾਰੀ ਕਮਿਊਨਿਟੀ ਦੇ ਲੋਕਾਂ ਨਾਲ ਮਿਲ ਕੇ ਇਵਨ ਇਹਨਾਂ ਦੇ ਕਈ ਪਾਰਟੀਆਂ ਦੇ ਬੰਦਿਆਂ ਨਾਲ ਮਿਲ ਕੇ ਗੁਰੂ ਘਰਾਂ 'ਚ ਗਏ ਆ ਮੰਦਰਾਂ 'ਚ ਗਏ ਆ ਮਸਜਿਦਾਂ 'ਚ ਗਏ ਆ ਇੱਥੇ ਕਾ ਪ੍ਰੋਗਰਾਮ ਕੀਤੀ ਅਸੀਂ ਇਹਨਾਂ ਨੂੰ ਸਾਰਿਆਂ ਨੇ ਮਿਲ ਕੇ ਡਿਫੀਟ ਕੀਤਾ ਕਿ ਜਿਹੜਾ ਸਾਡੇ ਕੋਲ VOTING RIGHT ਹੈ ਇਹ ਖੋਣਾ ਚਾਹੁੰਦੇ ਨੇ ਜਿਹੜੀ ਰੈਪ੍ਰੈਜ਼ੈਂਟੇਸ਼ਨ ਹੈ ਉਹ ਬੜੀ ਇੰਪੋਰਟੈਂਟ ਹੈ ਜੇ ਆਪਾਂ ਹੁਣ ਅੱਜ ਮੈਂ ਤੇ ਤੁਸੀਂ ਬੈਠੇ ਗੱਲ ਕਰਨੇ ਪਿਆ ਕਾਦੇ ਵਾਸਤੇ ਕਰਨੇ ਪਿਆ ਗੱਲ ਹੈਗੀ ਵੀ ਇਹਦੀ ਅਫੈਕਟਿਵ ਰਿਪਰੈਜ਼ੈਂਟੇਸ਼ਨ ਦੀ ਵੀ ਜਿਹੜਾ ਬੰਦਾ ਜਿਹੜੀ ਸਾਡੀ ਟ੍ਰੈਡੀਸ਼ਨ ਨੇ ਸਾਡੀ ਜਿਹੜੀ ਇਲੈਕਸ਼ਨ ਪ੍ਰੋਸੈਸ ਏ ਉਹਦਾ ਫਰਸਟ ਪਾਸ ਦਾ ਜਿਹੜੀ ਪੋਸਟ ਏ ਉਹਦੀ ਇਲੈਕਸ਼ਨ ਸੀ ਇਹਨਾਂ ਨੇ ਜਿੱਤ ਕੇ ਰੂਲ ਬਦਲਣ ਦੀ ਟਰਾਈ ਕੀਤੀ ਰੂਲ ਬਦਲਣ ਵਿੱਚ ਇਹਨਾਂ ਨੂੰ ਪੂਰੀ ਹਾਰ ਹੋਈ ਇਹਨਾਂ ਨੂੰ ਬਿਲਕੁਲ ਇੰਨੀ ਬੁਰੀ ਹਾਲ ਹੋਈ ਕਿ ਇਹਨਾਂ ਨੇ ਉਹਦੇ ਬਾਰੇ ਅਜੇ ਤੱਕ ਗੱਲ ਵੀ ਨਹੀਂ ਕੀਤੀ ਮੈਂ ਇਸ ਇਲੈਕਸ਼ਨ ਦੇ ਵਿੱਚ ਇਸ ਬਾਰੇ ਗੱਲ ਲੋਕਾਂ ਨੂੰ ਯਾਦ ਦਿਲਾਣਾ ਚਾਹੁੰਦਾ ਕਿ ਇਹਨਾਂ ਨੂੰ ਕਦੀ ਵੋਟ ਨਾ ਪਾਓ ਇਹ ਜਿਹੜਾ ਸਾਡੇ ਏਰੀਆ ਵਿੱਚ ਜਿਹੜੀ ਪਿਛਲੀ ਐਮਐਲਏ ਸੀ ਇਹਨੂੰ ਵੋਟ ਪਾਉਣ ਦਾ ਉਦੋਂ ਹੀ ਇਹਨੇ ਹੱਕ ਵਾਲਿਆ ਸੀ ਜਿੰਨੇ ਜਨੋਂ ਕਿ ਇਹਨਾਂ ਨੇ ਤੋੜਿਆ ਆਪਣਾ ਪ੍ਰੋਮਿਸ ਤੇ ਇਹਨਾਂ ਨੇ ਰੈਫਰੈਂਡਮ ਦੀ ਸਪੋਰਟ ਕੀਤੀ ਹੈ ਜਿਹਦੇ ਨਾਲ ਕਿ ਜਿਹੜੀਆਂ ਮਿਨੋਰਟੀਜ਼ ਦੀਆਂ ਵੋਟਾਂ ਤੇ ਇਹਨਾਂ ਨੇ ਫਰਕ ਪਾਉਣ ਦੀ ਟਰਾਈ ਕੀਤੀ ਹੈ ਇਹਨੇ ਲੋਕਾਂ ਦੀ ਜਿਹੜੇ ਜਿਹੜੇ voting ਸੀ ਜਿਹੜੀ ਇਕੁਅਲ ਵੋਟ ਹੈ ਉਹਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚੋਂ ਕਈ ਬਾਕੀ ਐਮਐਲਏ ਚੁੱਪ ਸਨ ਪਰ ਇਹ ਜਾ ਕੇ ਜਿਆਦਾ ਅੱਗੇ-ਅਗੇ ਭੁੜ ਕੇ ਗੱਲਾਂ ਕਰਦੇ ਸੀ ਸਾਰੇ ਸੋ ਇਹਨਾਂ ਨੂੰ ਚਾਹੀਦਾ ਕਿ ਇਨਾਂ ਨੂੰ ਮੈਸੇਜ ਪਹੁੰਚਾਓ ਕਿ ਇਹੋ ਜਿਹਾ ਕੰਮ ਨਾ ਅਕਸੈਪਟੇਬਲ ਜਦੋਂ ਤੁਸੀਂ ਕੋਈ ਵਾਦਾ ਕਰਦੇ ਬੇ ਹੁਣ ਮੈਂ ਤੁਹਾਡੇ ਨਾਲ ਕਿਹਾ ਵੀ ਅਸੀਂ ਹਸਪੀਟਲ ਬਣਾਣਾ ਹਸਪੀਟਲ ਬਣੇਗਾ ਤੁਹਾਨੂੰ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੁਝ ਦਿਨਾਂ ਵਿੱਚ ਪਾਰਟੀ ਅਨਾਉਂਸ ਕਰੇਗੀ ਬ੍ਰਿਜਸ ਐਂਡ ਟੋਲਸ ਐਂਡ ਸਾਰਾ ਜਿਹੜਾ ਸਟਰਕਚਰ ਬਾਰੇ ਉਹ ਹੋਏਗਾ ਕੰਮ ਇੱਕ ਮੈਂ ਤੁਹਾਨੂੰ ਬੜੀ ਬੜੀ ਇੰਟਰਸਟਿੰਗ ਸਟੋਰੀ ਦੱਸਣਾ ਚਾਹੁੰਨਾ ਹਾਂਜੀ ਕੱਲ ਮੈਂ ਕਿਤੇ ਗਰੁੱਪ ਮੀਟਿੰਗਜ਼ ਗਿਆ ਸੀ ਟਰਕਿੰਗ ਦਾ ਇੱਕ ਸਮਾਲ ਗਰੁੱਪ ਮਿਲਿਆ ਸਾਰਾ ਦਿਨ ਸਮਾਰ ਕਿਉਂ ਗਿਆ ਆਪਾਂ ਥੋੜੇ ਬੰਦਿਆਂ ਨੂੰ ਮਿਲ ਸਕਦੇ ਆਡੇ ਟਾਈਮ ਉਥੇ ਇੱਕ ਨੌਜਵਾਨ ਨੂੰ ਮਿਲਿਆ ਉਹ ਆ ਰੇ ਸੀ ਕੋਕਾ-ਕੋਲਾ ਹਾਈ ਤੇ ਹਾਈ ਵੇ ਤੇ ਉਹਨਾਂ ਨੂੰ ਕੋਈ ਲੱਗੀ ਬੀਫ ਸਟਿੰਗ ਹੋ ਗਈ ਉਹਦੇ ਨਾਲ ਸਾਰੀ ਬੋਡੀ ਵਿੱਚ ਰਿਐਕਸ਼ਨ ਹੋਇਆ ਤੇ ਉਹਨਾਂ ਨੂੰ ਸਵੇਲਿੰਗ ਵਗਾਰਾ ਹੋ ਕੇ ਪੂਰਾ ਰੈਸਪੀਰੇਟਰੀ ਡਿਸਟ्रेस ਤੇ ਪਹੁੰਚ ਗਏ ਉਹ ਮਸਾਂ ਮਸਾਂ ਕਿਸੇ ਹਸਪੀਟਲ ਵਿੱਚ ਪਹੁੰਚੇ ਉਹਨਾਂ ਦਾ ਇਲਾਜ ਹੋਇਆ ਉਹਨਾਂ ਨੇ ਮੈਨੂੰ ਬੜੀ ਐਗਜ਼ੈਂਪਲ ਦਿੱਤੀ ਹੈ ਕਿ ਬੜੀ ਚੰਗੀ ਕਿ ਇੱਕ ਕੱਲ ਜਾ ਕੇ ਗੱਲ ਕਰਿਓ ਜਦੋਂ ਤੁਹਾਨੂੰ ਮੌਕਾ ਮਿਲਿਆ ਗੱਲ ਕਰਨ ਦਾ ਇਹ ਮਤਲਬ ਹੈ ਕਿ ਜਿਹੜਾ ਕੋਕਾ ਹਾਲਾ ਹਾਈਵੇ ਉਹਦੇ ਤੇ ਕੋਈ ਵਾਸ਼ਰੂਮ ਨਹੀਂ ਹੈਗਾ ਕੋਈ ਉੱਥੇ ਵਿੱਚ ਫਸਟ ਡੇਟ ਦਾ ਕੋਈ ਸਮਾਨ ਨਹੀਂ ਹੈਗਾ ਜਿਹੜੇ ਬੰਦੇ ਡੇਢ ਜਾਂ 2 ਘੰਟੇ ਤੋਂ ਬਾਅਦ ਜਿਹੜਾ ਨੈਸ਼ਨਲ ਹਾਈ ਦੇ ਵਿੱਚ ਹਾਈਵੇ ਦੇ ਵਿੱਚ BC ਵਾਲਾ ਜਿਹੜਾ ਹਿੱਸਾ ਉਹਦੇ ਵਿੱਚੋਂ ਆਪਣੇ ਟ੍ਰੱਕ ਇੰਡਸਟਰੀ ਵਾਸਤੇ ਸਰਵਿਸਿਜ਼ ਨਹੀਂ ਆ ਗਿਆ ਐ ਇਹ ਸੱਚ ਗੱਲ ਇਹਦੇ ਵਿੱਚ ਕੋਈ ਕਹਾਣੀ ਨਹੀਂ ਹੈਗੀ ਸੋ ਇਹਨਾਂ ਨੇ ਪਹਿਲੇ ਤਿੰਨ ਪਹਿਲਾਂ ਦੇ ਵਾਅਦੇ ਕੀਤੇ ਵੇ ਅਸੀਂ ਤੁਹਾਡੇ ਲਈ ਆ ਕਰਾਂਗੇ ਉਹ ਕਰਾਂਗੇ ਪਰ ਇਹ ਵੀ ਬੇਸਿਕ ਗੱਲ ਨਹੀਂ ਕਰ ਸਕੇ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੀ ਮੈਂ ਇਸ ਗੱਲ ਦੀ ਆਵਾਜ਼ ਉਠਾਵਾਂਗਾ ਕਿ ਜਿਹੜਾ ਕੋਕਾਲ ਹਾਈਵੇ ਉਹਦੇ ਨਾਲ ਜਿਹੜੀ ਨਾ ਉਹਦੇ ਜਿਹੜੇ ਵਾਸ਼ਰੂਮਸ ਨੇ ਪ੍ਰਾਪਰ ਬਣ ਉਥੇ ਫਸਟ ਡੇਟ ਦਾ ਸਮਾਨ ਹੋਏ ਜਿਸ ਤਰ੍ਹਾਂ ਕਿ ਬਾਕੀ ਜਗ੍ਹਾ ਤੇ ਹੁੰਦਾ ਐਂਡ ਹੀ ਗੇਵ ਮੀ ਅ ਵੈਰੀ ਗੁੱਡ ਐਗਜ਼ਾਮਪਲ ਕਹਿੰਦੇ ਵੀ ਜਦੋਂ ਅਸੀਂ ਬਾਰਡਰ ਕ੍ਰਾਸ ਕਰਨੇ ਆ ਬੀਸੀ ਦਾ ਅਲਬਰਟਾ ਜੇ ਪਹੁੰਚਦੇ ਆ ਅਲਬਰਟਾ ਦੇ ਬਾਰਡਰ ਦੇ ਜਦੋਂ ਮੇਨ ਹਾਈਵੇ ਦੇ ਵਿੱਚ ਚੰਗੇ ਵਾਸ਼ਰੂਮ ਬਣਿਆ ਚੰਗਾ ਲੋਕਾਂ ਦੇ ਬੈਣ ਲਈ ਜਗ੍ਹਾ ਵੀ ਤੁਸੀਂ ਰੈਸਟ ਕਰਨੀ ਆ ਪਰ ਇੱਥੇ ਆ ਜਿਹੜਾ ਜਿਹੜਾ ਮੇਨ ਪਾਰਟ ਹੈ ਇਹਦੇ ਵਿੱਚ ਕਿਉਂ ਦਾ ਬਿਗ ਸਟ੍ਰੈਚ ਐਂਡ ਸਟ੍ਰੈਚ ਕਿਉਂ ਹੈਗਾ ਕਿਉਂਕਿ ਆਪਣੇ ਲੋਕਾਂ ਨੂੰ ਇਹਨਾਂ ਨੇ ਸਸਤੀਕਾਲ ਬਲਾਕੇ ਤੇ ਡਰਾਮਾ ਕੀਤਾ ਇਹਨਾਂ ਨੇ ਧਿਆਨ ਨਹੀਂ ਦੇਰੇ ਇਹ ਪਿੱਛੇ ਗੱਲਾਂ ਨੇ ਕੋਵਿਡ 19 ਦਾ ਟਾਈਮ ਦੇ ਵਿੱਚ ਟਰੱਕਿੰਗ ਇੰਡਸਟਰੀ ਸਾਰਿਆਂ ਨੂੰ ਬੜੀ ਤਾਰੀਫ ਕੀਤੀ ਬਾਕੀ ਪਾਰਟੀਆਂ ਇੱਥੇ ਵੀ ਹੁੰਦੇ ਸੀ ਸਾਰੇ ਭਲੇ ਭਲੇ ਜੀ ਬਹੁਤ ਚੰਗਾ ਕੰਮ ਕਰਦੇ ਪਏ ਨੇ ਪਰ ਜਿਹੜਾ ਚੰਗਾ ਕੰਮ ਕਰਦਾ ਪਿਆ ਉਹਦੇ ਵਾਸਤੇ ਸਰਵਿਸ ਕਿੰਨੇ ਪ੍ਰੋਵਾਈਡ ਕਰਨੀ ਸਰਵਿਸ ਉਹ ਨਹੀਂ ਪ੍ਰੋਵਾਈਡ ਕਰਦੇ ਪਏ ਜੇ ਪ੍ਰੋਵਿੰਸ ਤੇ ਫੈਡਰਲ ਗਵਰਨਮੈਂਟ ਮਿਲ ਕੇ ਕੰਮ ਕਰੇਗੀ ਫਿਰ ਇਹ ਗੱਲਾਂ ਹੁਣੇ ਹੋਣੀਆਂ ਨੇ ਇੱਕ ਮੈਨੂੰ ਉਹਨਾਂ ਨੇ ਕੱਲ ਹੋਰ ਟਰਕਿੰਗ ਇੰਡਸਟਰੀ ਨੇ ਮੈਨੂੰ ਬਲੂ 베ਰੀ ਫਾਰਮਰਸ ਦਾ ਸਿੱਧੇ ਫੋਨ ਆਇਆ ਉਹਨਾਂ ਨੇ ਕਿਹਾ ਵੀ ਇੱਕ ਇਸ਼ੂ ਹੈ ਤੇ ਮੋਸਟਲੀ ਹੈਗਾ ਫੈਡਰਲ ਇਸ਼ੂ ਪਰ ਬਲੂ 베ਰੀ ਜਿਹੜੇ ਫਾਰਮਰਸ ਨੇ ਜਿਹੜੇ ਭੇਜਦੇ ਨੇ ਯੂ ਐਸ ਏ ਵਿੱਚ ਆਪਣੀ ਆਪਣੇ ਪ੍ਰੋਡਿਊਸ ਪੇਜ ਦੇ ਨੇ ਉਹਨਾਂ ਤੇ ਟੈਰਫ ਲਾਉਣ ਨੂੰ ਸੋਚਦੇ ਪਏ ਨੇ ਸੋ ਉਹਦੇ ਵਾਸਤੇ ਵੀ ਜਿਹੜਾ ਨਾ ਚਾਹੀਦਾ ਪ੍ਰੋਵਿੰਸ ਨੂੰ ਮੈਂ ਕਿਉਂਕਿ ਮੈਂ ਸਾਰਿਆਂ ਨੂੰ ਜਾਣਨਾ ਫਾਰਮਰਸ ਨੂੰ ਸਾਡ ਨੂੰ ਸਾਡੇ ਸਪੋਰਟ ਕਰਦੇ ਪਏ ਨੇ ਤੇ ਉਹਨਾਂ ਨੇ ਇੱਕ ਕਿਹਾ ਵੀ ਇੱਕ ਇਹ ਗੱਲ ਕਰੋ ਵੀ ਇਹਦੇ ਬਾਰੇ ਜਿਹੜਨ ਅਵੇਅਰਨੈਸ ਕ੍ਰੀਏਟ ਕੀਤੀ ਜਾਏ ਕਿਉਂਕਿ ਪਾਰਸ਼ਲੀ ਇਹ ਪ੍ਰੋਵਿੰਸ਼ਲ ਗਵਰਨਮੈਂਟ ਦਾ ਕੰਮ ਮੋਸਟਲੀ ਫੈਡਰਲ ਗਵਰਨਮੈਂਟ ਦਾ ਕੰਮ ਹੈ ਸੋ ਉਹ ਇੱਕ ਇਸ਼ੂ ਹੈ ਇੱਕ ਫਾਰਮਿੰਗ ਵਾਲਿਆਂ ਕਮਿਊਨਿਟੀ ਨੇ ਇੱਕ ਮੈਸੇਜ ਭੇਜਿਆ ਦੁਬਾਰਾ ਵੀ ਜਿਹੜੇ ਫਾਰਮ ਹਾਊਸਸ ਨੇ ਜਨਾਂ ਤੇ ਇਹਨਾਂ ਨੇ ਇੱਕ ਸਮ ਦਾ ਨਾ ਤਵਾ ਬੋਲਿਆ ਪਿੱਛ ਤੇ ਛੁਰਾ ਮਾਰਨ ਵਾਲੀ ਗੱਲ ਹੈ ਕਿ ਜਦੋਂ ਲੋਕਾਂ ਨੇ ਆਪਣੇ ਫਾਰਮਿੰਗ 5 ਏਕੜ ਲਈ 7 ਏਕੜ 10 ਏਕੜ ਲਈ ਉਹ ਐਗਜ਼ਿਸਟ ਹਾਊਸ ਸਾਈਜ਼ ਜਿਹੜਾ ਹੈ ਲਿਮਿਟ ਕਰਦੇ ਆ ਐਗਜ਼ਿਸਟਿੰਗ ਜਦੋਂ ਖਰੀਦੇ ਸੀ ਉਦੋਂ ਪਾਲਿਸੀ ਤੇ ਨਹੀਂ ਕਲੀਅਰ ਕੀਤੀ ਸੀ ਪਹਿਲਾਂ ਜਦੋਂ ਤੁਸੀਂ ਡੀਲ ਕੋ ਬਣਾਉਂਦੇ ਹੋ ਤੁਸੀਂ ਸਿਰਫ ਆਪਣੀ ਫਾਈਨੈਂਸ਼ੀਅਲ ਇੰਪਲੀਕੇਸ਼ਨ ਦੇਖਦੇ ਹੋ ਇਹ ਨਹੀਂ ਦੇਖਦੇ ਵੀ ਇਹਦਾ ਫਿਊਚਰ ਦੇ ਵਿੱਚ ਤੁਸੀਂ ਇਹਦਾ ਕੀ ਚੇਂਜ ਕਰਨਾ ਜਿਹੜੀਆਂ ਐਲ ਐਲ ਆਰ ਦੀਆਂ ਪਾਲਿਸੀਜ਼ ਨੇ ਉਹਨਾਂ ਨੂੰ ਚੇਂਜ ਕਰਨ ਤੁਸੀਂ ਯੂਨਿਲੈਟਰਨਲੀ ਚੇਂਜ ਕਰਨ ਕੀਤਾ ਮੀਟਿੰਗਾਂ ਇੱਥੇ ਹੋਈਆਂ ਸਾਰੀਆਂ ਲੋਕਾਂ ਨੂੰ ਜਿਨ੍ਹਾਂ ਨੇ ਫਾਰਮ ਖਰੀਦੇ ਸੀ ਉਹਨਾਂ ਨੂੰ ਮੁਸ਼ਕਲ ਆਈ ਕਿਉਂਕਿ ਜਿਹੜੀ 5 ਜਾਂ 7 ਜਾਂ 10 ਏਕੜ ਵਾਲਾ ਜਿਹੜਾ ਫਾਰਮਰ ਹੈ 15 ਏਕੜ ਤੱਕ ਵੀ ਲਾਈਵਲੀਹੂਡ 5 ਏਕੜ ਵਾਲੇ ਤੇ ਬੜੀ ਮੁਸ਼ਕਲ ਹੋਵੇ ਫਾਰਮ ਤੇ ਰਹਿ ਕੇ ਉਹਨਾਂ ਨੇ ਥੋੜੀ ਜਿਹੀ ਬਲੂ ਬੈਰੀ ਆਪਣੀ ਲਾਣੀ ਹੈ 4 ਸਾਲਾਂ ਬਾਅਦ ਉਹਦਾ ਕੋਈ ਉਹਦਾ ਕੋਈ ਪੈਸਾ ਹੋਣਾ ਉਸ ਤੋਂ ਬਾਅਦ ਉਹ ਘਰ ਬਣਾਣਗੇ ਘਰ ਦੇ ਨਾਲ ਉਸ ਤੱਕ ਕੋਚ ਹਾਊਸ ਮਰਾਦਨ ਬੱਚਿਆਂ ਦੇ ਰਹਿਣ ਲਈ ਜਗਾ ਬਣ ਜੇ ਉਹ ਇੱਕ ਕਿਸਮ ਦਾ ਸਬਸਿਡਾਈਜ਼ ਕਰਦੇ ਨੇ ਆਪਣੇ ਬੱਚਿਆਂ ਦੀ ਆਪਣੇ ਹਾਊਸ ਵਾਸਤੇ ਸੋ ਉਹ ਆਲ ਆਫ ਅ ਸਰਡਨ ਇਨ ਇਹਨਾਂ ਉਹ ਸਿਆਪਾ ਖੜਾ ਕਰਤਾ ਤੇ ਫਿਰ ਆ ਕੇ ਆਰਗਿਊ ਕਿਤ ਕੀਤਾ ਇਹ ਨਹੀਂ ਵੀ ਸੁਣਿਆ ਹੁਣ ਜਿਸ ਤਰ੍ਹਾਂ ਕੋਈ ਕੋਈ ਪ੍ਰੋਬਲਮ ਆਉਂਦੀ ਹੈ ਕੱਲ ਨੂੰ ਸਾਡੀ ਸਰਕਾਰ ਬਣੇ ਤੇ ਜੇ ਕੋਈ ਅਸੀਂ ਗਲਤ ਕੰਮ ਕੀਤਾ ਤੇ ਆ ਕੇ ਜੇ ਤੁਹਾਨੂੰ ਲੋਕ ਪੁੱਛਦੇ ਨੇ ਤੁਸੀਂ ਉਹਨਾਂ ਨੂੰ ਉਂਗਲਾ ਕਿਉਂ ਬਖਾ ਬਖਾਉਂਦੇ ਹੋ ਕੋਈ ਇਹ ਤੇ ਕੋਈ ਗੱਲ ਨਹੀਂ ਲਹਗੀ ਤੁਸੀਂ ਉਹਨਾਂ ਨੂੰ ਆਰਗਿਊ ਕਰਦੇ ਹੋ ਤੁਸੀਂ ਉਹਨਾਂ ਦੀ ਗੱਲ ਲੈ ਕੇ ਜਾਓ ਉਹਨੂੰ ਠੀਕ ਕਰੋ ਤੇ ਸਾਰਿਆਂ ਨੇ ਇਹ ਕਿਹਾ ਵੀ ਜੇ ਜਿਹੜਾ ਉਹਦਾ ਹਾਊਸ ਦਾ ਸਾਈਜ਼ ਹੈ ਜਾਂ ਉਹਦੀ ਜਿਹੜੀ ਬੰਤਰ ਹੈ ਜਾਂ ਉਸ ਚੀਜ਼ ਬਾਰੇ ਮੈਂ ਕਿਹਾ ਵੀ ਅਸੀਂ ਰਿਵਿਊ ਕਰਾਂਗੇ ਰਿਵਿਊ ਕਰਾਂਗੇ ਜਿਹੜੀ ਵੀ ਪਾਲਸੀ ਹੈ ਜਿਹੜੀ ਕਮਿਊਨਿਟੀ ਨੂੰ ਉਹਦਾ ਅਸਰ ਹੁੰਦਾ ਉਹ ਉਹਦੀ ਆਪਾਂ ਗੱਲ ਕਰ ਸਕਦੇ ਹਾਂ ਕਿਉਂਕਿ ਜਿਹੜੇ ਸਰੀ ਪੈਨਾਰਾਮਾ ਵਿੱਚ ਜਾਂ ਸਰੀ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਫਾਰਮਿੰਗ ਉਹਨਾਂ ਦੇ ਫਾਰਮਸ ਵੀ ਨੇ ਉਹ ਬਾਹਰ ਆਪਣੀ ਫਾਰਮਿੰਗ ਕਰਦੇ ਨੇ ਜਾਂ ਹਬੀ ਫਾਰਮੇ ਜਾਂ ਉਹਨਾਂ ਨੇ ਕੋਈ ਗਾਰਡਨਸ ਵੈਰ ਲਾਏ ਨੇ ਜਾਂ ਆਪਣੇ ਬੱਚਿਆਂ ਵਾਸਤੇ ਉਹਨਾਂ ਕੁਝ ਕੀਤਾ ਜਾਂ ਅਗੋਂ ਡਿਵੈਲਪਮੈਂਟ ਕਰਨੀ ਚਾਹੁੰਦੇ ਨੇ ਕੋਈ ਪਨਿਸ਼ਮੈਂਟ ਤੇ ਨਹੀਂ ਆ ਗਈ ਜਿਹੜਾ ਬੰਦਾ ਹਾਰਡ ਵਰਕ ਕੰਮ ਕਰਦਾ ਉਹਦੇ ਤੇ ਜ਼ਿਆਦਾ ਟੈਕਸ ਉਹਨਾਂ ਦੇ ਤੁਸੀਂ ਜ਼ਿਆਦਾ ਜ਼ਿਆਦਾ ਰੂਨ ਉਸੇ ਬੰਦੇ ਨੂੰ ਤੁਸੀਂ ਕੰਟਰੋਲ ਕਰਦੇ ਪਿਓ ਉਸੇ ਹੀ ਕਮਿਊਨਿਟੀ ਨੂੰ ਤੁਸੀਂ ਇਨਫਰਾਸਟ੍ਰਕਚਰ ਨਹੀਂ ਦੇ ਰਹੇ ਯਸ ਸੋ ਆਪਾ ਡਾਕਟਰ ਸਾਹਿਬ ਪਾਰਟੀ ਪਲੇਟਫਾਰਮ ਦੀ ਗੱਲ ਤੇ ਆਪਾਂ ਆ ਰਹੇ ਸੀ ਜਿਵੇਂ ਤੁਸੀਂ ਗੱਲ ਕੀਤੀ ਸੋ ਉਹਦਾ ਇਹ ਇੱਕ ਮੁੱਦਾ ਹੈ ਜਿਹੜਾ ਫਾਰਮਿੰਗ ਵਾਲਾ ਸੋ ਇਹ ਜਿਹੜਾ ਹੁਣ ਅੱਗੇ ਥੋੜੀ ਪਾਰਟੀ ਦਾ ਜਿਹੜਾ ਪਲੇਟਫਾਰਮ ਹੈ ਪਮਾਉ ਸਰੀ ਦਾ ਹਸਪੀਟਲ ਹੋਵੇ ਪਮਾ ਉਹ ਪਟਾਲੋ ਬ੍ਰਿਜ ਹੋਵੇ ਜਾਂ ਸਕਾਈ ਟ੍ਰੇਨ ਹੋਵੇ ਥੋੜੀ ਲੀਡਰ ਨਾਲ ਗੱਲਬਾਤ ਹੋਈ ਵੀ ਕਿ ਥੋੜੇ ਇਸ ਮਾਮਲੇ ਦੇ ਵਿੱਚ ਤੇ ਫਿਰ ਆਪਾਂ ਗੱਲ ਕਰਾਂਗੇ ਟੈਕਸੀ ਇੰਡਸਟਰੀ ਜਾਂ ਮਤਲਬ ਬੈਂਕਟ ਹਾਲਸ ਹੈ ਵੀ ਲੈਵਲ ਪਲੇਇੰਗ ਫੀਲਡ ਕਿਵੇਂ ਕਰਨਾ ਇਸ ਤੋਂ ਪਹਿਲਾਂ ਕਿ ਮੈਂ ਉਹ ਧਣੀਆਂ ਗੱਲਾਂ ਦਾ ਤਿੰਨਾਂ ਦਾ ਜਵਾਬ ਦਿਆਂ ਕੱਲ ਮੇਰੇ ਨਾਲ ਐਂਡਰਿਊ ਵੈਕੈਂਸਨਸਨ ਸਰੀ ਪੈਨਾਰਾਮਾ ਚਾਹੀ ਅਸੀਂ ਤਿੰਨ ਸ਼ਾਪਸ ਨੂੰ ਕੀਤਾ ਵਿਜ਼ਿਟ ਸਮਾਲ ਤੋਂ ਮੀਡੀਅਮ ਬਿਜ਼ਨਸ ਦੀ ਮੈਂ ਗੱਲ ਕਰਨਾ ਇੱਕ ਪਹਿਲਾ ਸੀ ਇੱਕ ਟਾਈਲ ਵਾਲਿਆਂ ਦਾ ਬਿਜ਼ਨਸ ਸੀ ਸੈਕੰਡ ਸੀ ਗਲਾਸ ਵਾਲਿਆਂ ਦਾ ਉਸ ਤੋਂ ਪਹਿਲਾਂ ਸੀ ਇੱਕ ਲਾਈਟਿੰਗ ਦਾ ਬਿਜ਼ਨਸ ਤਿੰਨ ਬਿਜ਼ਨਸ ਸੀ ਸੀ ਸਿਲੈਕਟ ਕੀਤੇ ਕਾਰਨ ਸੀ ਕਿ ਜਿਹੜੀ ਕੰਸਟਰਕਸ਼ਨ ਇਨ ਦਾ ਇੰਡਸਟਰੀ ਹੈ ਉਹ ਵੀ ਡੈਡ ਆਲਮੋਸਟ ਫੇਸਿੰਗ ਜਿਹੜੀ ਲੋਕਾਂ ਦੀ ਇਨਫਰਾਸਟ੍ਰਕਚਰ ਕਰਕੇ ਆਵਾਜਾਈ ਦਾ ਵੀ ਫਰਕ ਪੈ ਗਿਆ ਲੋਕਾਂ ਦੀ ਆਮਦਨੀ ਘਟ ਗਈ ਕੋਵਿਡ ਕਰਕੇ ਵੀ ਨਾਲ ਚੱਕਰ ਪੈ ਗਿਆ ਉਹ ਤੇ ਇਸ ਇਸ ਗਵਰਨਮੈਂਟ ਦਾ ਨਹੀਂ ਕਸੂਰ ਉਹ ਤੇ ਹੈ ਜੀ ਕੋਵਿਡ ਦੀ ਪ੍ਰੋਬਲਮ ਉਹ ਸਾਰਿਆਂ ਵਾਸਤੇ ਉਹ ਮੈਨ ਨ ਬਲੇਮ ਨਹੀਂ ਕਰਦਾ ਪਰ ਜਿਹੜੀ ਉਹ ਤਿੰਨਾ ਹੀ ਅਸੀਂ ਜਗ੍ਹਾ ਤੇ ਗਏ ਆ ਉਸ ਤਿੰਨਾ ਕੋਲ ਇਸ ਜੀਐਸਟੀ ਦੀ ਪੀਐਸਟੀ ਦੀ ਗੱਲ ਕੀਤੀ ਪੀਐਸਟੀ ਦਾ ਇੰਪੈਕਟ ਉਹਨਾਂ ਨੂੰ ਪੁੱਛਿਆ ਵੀ ਐਵਰੇਜ ਕੀ ਹੋਏਗਾ ਇੱਕ ਜਗ੍ਹਾ ਤੇ ਗਏ ਉਹਨਾਂ ਨੇ ਕਿਹਾ ਸੀ ਅਸੀਂ ਤਿੰਨ ਕੁ ਮਹੀਨੇ ਪਹਿਲਾਂ ਉਹਨਾਂ ਨੇ ਖਰੀਦੀ ਸੀ ਆਪਣੀ ਸ਼ਾਪ ਉਹਨਾਂ ਨੇ ਕਿਹਾ ਸੀ ਸਾਮਾਨ ਮੰਗਾਇਆ ਸਾਨੂੰ ਇੰਨੇ ਪੈਸੇ ਪੀਐਸਟੀ ਦੇ ਦੇਣੇ ਪਏ ਤੇ ਜੇ ਹੁਣ ਨਵੀਂ ਪਾਲਿਸੀ ਦੇ ਮਤਾਬਿਕ ਜਿਹੜਾ ਨਾ ਉਹੀ ਪੈਸੇ ਅਸੀਂ ਕਸਟਮਰ ਨੂੰ ਪੈਸਾਂ ਉਨ ਕਰ ਸਕਦੇ ਆ ਉਹ ਕਸਟਮਰ ਹੋ ਸਕਦਾ ਵੀ ਹੋਰ ਕੋਈ ਚੀਜ਼ ਖਰੀਦ ਲੇ ਜਿਹੜਾ ਟਾਈਲਸ ਵਾਲਾ ਸੀ ਉਹਨਾਂ ਦਾ ਸੇਮ ਆਨਸਰ ਸੀ ਜਿਹੜਾ ਲਾਈਟਿੰਗ ਦੇ ਗਏ ਉਹਨਾਂ ਨੇ ਕੰਪਨੀ ਦਾ ਨਾਮ ਹੀ ਲੈਣੇ ਕਿਉਂਕਿ ਫੇਅਰ ਨਹੀਂ ਹੈਗਾ ਕਿਉਂਕਿ ਸਾਡੇ ਲੋਕਾਂ ਸਾਰਿਆਂ ਦੇ ਬਿਜ਼ਨਸ ਨੇ ਇੱਕ ਨੂੰ ਦੇ ਆਪਾਂ ਪ੍ਰਮੋਟ ਨਹੀਂ ਮੈਂ ਕਰ ਸਕਦੇ ਅਸੀਂ ਕਰਨਾ ਵੀ ਨਹੀਂ ਚਾਹੀਦਾ ਪਰ ਉਹ ਜਿਹੜੇ ਸੀ ਉਹਨਾਂ ਨੇ ਵੀ ਕਿਹਾ ਵੀ ਇਹ ਚੰਗੀ ਪਾਲਿਸੀ ਹੈ ਸੋ ਪੀਐਸਟੀ ਦੀ ਜਿਹੜੀ ਰਿਸੈਪਸ਼ਨ ਨੇ ਨਾ ਉਹ ਸਰੀ ਪੈਨਾਰਾਮਾ ਦੇ ਏਰੀਆ ਵਿੱਚ ਬਹੁਤ ਹੀ ਪਾਸਟ ਹੋਵੇ ਕਿ ਕਿ ਕੰਸਟੀਚੂਐਂਸੀ ਤੇ ਵੋਟਰਸ ਤੇ ਸਰੀ ਦੇ ਲੋਕ ਲੋਕਾਂ ਨੇ ਵੋਟਾਂ ਪਾਣੀਆਂ ਸਰੀ ਪੈਨ ਆਰਾਮ ਦੇ ਲੋਕਾਂ ਨੇ ਮੈਨੂੰ ਵੋਟਾਂ ਵਾ ਕੇ ਉਹਨਾਂ ਕੋਲੋਂ ਮੈਂ ਵੋਟ ਮੰਗ ਮੰਗਣਾ ਪਿਆ ਤੇ ਉਹਨਾਂ ਦੀ ਮੈਚ ਗੱਲ ਕਰਨੀ ਚਾਹੁੰਦਾ ਨਾਲ ਕਿ ਉਹਨਾਂ ਦਾ ਮੇਨ ਇਸ਼ੂ ਹੈ ਕਿ ਇਕਨੋਮੀ ਨੂੰ ਮੂਵ ਕਰਨ ਵਾਸਤੇ ਕੁਝ ਕਰਨਾ ਪੈਣਾ ਇਹ ਸਿਰ ਸਿਰਫ ਝੂਠੇ ਵਾਦੇ ਤੇ ਗੱਲਾਂ ਬਾਤਾਂ ਤੇ ਹਵਾ ਦੇ ਵਿੱਚ تیر ਮਾਰੀ ਜਾਣੇ ਤੇ ਖਾਲੀ ਕਾਰਤੂਸ ਚਲਾਉਣਾ ਗੱਲ ਨਹੀਂ ਬੰਨੀ ਸੋ ਇਹ ਗੱਲ ਹੈ ਫਿਰ ਤੁਹਾਡਾ ਤੁਸੀਂ ਪੁੱਛਿਆ ਵੀ ਸਰੀ ਕੀ ਹੋਣਾ ਦੇਖੋ ਹਸਪੀਟਲ ਦਾ ਤੇ ਮੁੱਦਾ ਬੜੀ ਵਾਰੀ ਡਿਸਕਸ ਹੋਇਆ ਮੈਨੂੰ ਜਵਾਬਦਾਨੀ ਵੀ ਇਹ ਹਸਪੀਟਲ ਦੀ ਗੱਲ ਕੋਈ ਇਸ਼ੂ ਹੈ ਜਿੱਥੇ ਕੋਈ ਹੈਗਾ ਜਿੱਥੇ ਆਪਾਂ ਜਾ ਕੇ ਡਿਸਕਸ ਨਹੀਂ ਕਰਦੇ ਹਸਪੀਟਲ ਬਣਾਣਾ ਪੈਣਾ ਇਹ ਕੋਈ ਚੁਆਇਸ ਨਹੀਂ ਇਹ ਕੋਈ ਆਸਾਨ ਨਹੀਂ ਹੈਗਾ ਸਰੀ ਸਰੀ ਦੇ ਉੱਪਰ ਸੋ ਲੌਂਗ ਓਵਰ 듀 ਇਹ ਨੈਸੈਸਿਟੀ ਹੈ ਇੱਕ ਆਲਮੋਸਟ ਵੀ ਏ ਐਸ ਅਨਥਿੰਕੇਬਲ ਵੀ ਤੁਸੀਂ ਨਾ ਕਰੋਗੇ ਕਿਉਂਕਿ ਥੋੜਾ ਤਾਂ ਵਾਹ ਪੈਂਦਾ ਨਾ ਡਾਕਟਰ ਸਾਹਿਬ ਬੀਗਿੰਗ ਅ ਮੈਡੀਕਲ ਪ੍ਰੋਫੈਸ਼ਨਲ ਇਹ ਸਾਰਿਆਂ ਦਾ ਆਪਣੇ ਸਾਰਿਆਂ ਦਾ ਵਾਹ ਪੈਂਦਾ ਆਪਾਂ ਸਰੀ ਦੇ ਵਿੱਚ ਇੱਕ ਇੱਕ ਹਸਪੀਟਲ ਨਾਲ ਜਿਮ ਐਡਿਸਨ ਬਣਾਇਆ ਸੀ ਵੀ ਸ਼ਾਇਦ ਕਲ ਬਣ ਜਾ ਉਹ ਗੱਲ ਨਹੀਂ ਬਣੀ ਕਿਉਂਕਿ ਸਰੀ ਦੀ ਪਾਪੂਲੇਸ਼ਨ ਗਰੋਥ ਬੜੀ ਹੋ ਗਈ ਸਾਰੇ ਰੋਜ਼ ਜਿੰਨੇ ਪੋਲਿਟਿਸ਼ੀਅਨ ਕਿੰਨਾ ਰੌਲਾ ਪਾਉਂਦੇ ਨੇ ਜੀ ਸਰੀ ਬੜਾ ਗਰੋ ਹੋ ਰਿਹਾ ਜੀ ਸਰੀ ਬੜਾ ਗਰੋ ਹੋ ਰਿਹਾ ਪਰ ਨਾਲ ਇਹ ਨਹੀਂ ਕਹਿੰਦੇ ਵੀ ਸਰੀ ਦੀ ਗਰੋਥ ਨੂੰ ਸਪੋਰਟ ਨਹੀਂ ਕਰਨਾ ਇਨਫਰਾਸਟ੍ਰਕਚਰ ਵੀ ਬਣਾਉਣੀ ਪੈਣੀ ਸਪੋਰਟ ਕਰਨਾ ਇਨਫਰਾਸਟ੍ਰਕਚ ਟਰਾਂਜ਼ਿਟ ਟਰਾਂਜ਼ਿਟ ਤੇ ਉਹਦੇ ਨਾਲ ਤੁਸੀਂ ਗੱਲ ਕੀਤੀ ਸੀ ਸਕਾਈ ਟ੍ਰੇਨ ਦੀ ਕੋਈ ਅਨਾਉਂਸਮੈਂਟ ਨਹੀਂ ਕੋਈ ਗੱਲਬਾਤ ਨਹੀਂ ਕਿਤੇ ਕੋਈ ਹੈਲੋ ਹਾਈ ਵਾਲੀ ਗੱਲ ਨਹੀਂ ਬਾਕੀ ਜਗ੍ਹਾ ਤੇ ਨਾਂ ਵੀ ਹੋਗੇ ਨਾ ਅਨਾਉਂਸ ਪੈਸੇ ਵੀ ਅਲੋਕੇਟ ਹੋਗੇ ਸੈਕੰਡ ਗੱਲ ਤੁਹਾਨੂੰ ਦੱਸਾਂ ਵੀ ਇਹਦਾ ਇਹਦੀ ਗੱਲ ਤੁਸੀਂ ਕੀਤੀ ਹੈ ਸਕੂਲ ਦੀ ਮੈਂ ਗੱਲ ਕਰਨੀ ਚਾਹੁੰਦਾ ਹਾਂ ਜੀ ਪਿਛਲੀ ਵਾਰੀ ਵਾਦਾ ਕੀਤਾ ਸੀ ਪੋਟੇਬਲਸ ਨਹੀਂ ਹੋਣਗੇ ਹੁਣ ਮੋਰ ਪੋਟੇਬਲਸ ਨੇ ਅੱਜ ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਇੱਕ 6 ਕੋ ਬੰਦਿਆਂ ਦਾ ਗਰੁੱਪ ਸੀ ਨਾਲ ਮਿਲਿਆ ਉਹਨਾਂ ਨੇ ਕਿਹਾ ਵੀ ਦੱਸੋ ਕੀ ਇਸ਼ੂਸ ਕੀ ਨੇ ਇੱਕ ਭਾਈ ਸਾਹਿਬ ਕਹਿੰਦੇ ਮੇਰੇ ਜਰ ਗ੍ਰੈਂਡਕਿਡ ਨੇ ਉਹ ਜਾ ਰਹੇ ਨੇ ਸਕੂਲ ਦੇ ਵਿੱਚ ਜਿਹੜੇ ਉਹਨਾਂ ਦੇ ਪੋਰਟੇਬਲ ਨੇ ਉਹ ਕਾਫੀ ਦੂਰ ਨੇ ਛੋਟੇ ਬੱਚਿਆਂ ਨੂੰ ਵਾਸ਼ਰੂਮ ਵਾਸਤੇ ਕਾਫੀ ਆਉਣਾ ਪੈਂਦਾ ਉਹ ਕਿਵਾਰੀ ਪ੍ਰੋਬਲਮ ਆ ਜਾਂਦੀ ਸੋ ਇਹੋ ਜਿਹੀਆਂ ਜਿਹੜੀਆਂ ਕਾਮਨ ਛੋਟੀਆਂ ਗੱਲਾਂ ਨੇ ਦੇ ਆਰ ਵੈਰੀ ਇੰਪੋਰਟੈਂਟ ਫਾਰ ਏਵਰੀ ਪਰਸਨ ਹੂ ਲਿਵਸ ਇਨ ਸਰੀ ਸੋ ਆਈਦਰ ਯੂ ਡੂ ਇਟ অর ਯੂ ਗਿਵ ਅਪ অর ਲੈਟ ਅਦਰ ਪੀਪਲ ਡੂ ਇਟ ਐਂਡ ਆਈ ਥਿੰਕ ਦਿਸ ਇਜ਼ ਅ ਅਨਦਰ ਇਸ਼ੂ ਕੇਮ ਅਪ ਫਿਰ ਮੈਂ ਆਈ ਥਿੰਕ ਮੈਂ ਪਾਰਕ ਚ ਮੈਂ ਗਿਆ ਅੱਜ ਕਿਉਂਕਿ ਤਰੀਕੇ ਨੇ ਸਾਨੂੰ ਮਿਲਣਾ ਪੈਣਾ ਲੋਕਾਂ ਨੂੰ ਵੀ ਹੈਵ ਟੂ ਫਾਈਂਡ ਦ ਵੇ ਟੂ ਮੀਟ ਵਿਦ ਥੈਮ ਉਹਨਾਂ ਨਾਲ ਗੱਲ ਕੀਤੀ ਸਾਰੇ ਸੀਨੀਅਰ ਉੱਥੇ ਖੜੇ ਸੀ ਉਹ ਕਹਿੰਦੇ ਇੱਕ ਸਨ ਆਪਣੇ ਮੇਰੀ ਏਜ ਦੇ ਹੋਣਗੇ ਮੈਂ ਵੀ ਹੁਣ ਸੀਨੀਅਰ ਆ ਹਾਂਜੀ ਉਹ ਕਹਿੰਦੇ ਵੀ ਮੈਂ ਇੰਨੇ ਸਾਲ ਕੰਮ ਕੀਤਾ ਮਿਲ ਦੇ ਵਿੱਚ ਮੇਰੀ ਪੈਨਸ਼ਨ ਆਉਂਦੀ ਹੈ ਫਿਕਸਡ ਮੇਰੀ ਪੈਨਸ਼ਨ ਹੈ ਪਰ ਉਹ ਪੁੱਛਦੇ ਸੀ ਵੀ ਮੈਨੂੰ ਡੈਂਟਲ ਕਵਰੇਜ ਦਾ ਜਾਂ ਬਾਕੀ ਜਿਹੜੇ ਇਸ਼ੂਜ਼ ਨੇ ਕੀ ਹੋਣਾ ਤੇ ਪੈਨਸ਼ਨ ਦਾ ਕੀ ਹੋਣਾ ਮੈਂ ਕਿਹਾ ਇਹ ਪਰਮਿਸ਼ਨ ਨਹੀਂ ਫੈਡਰਲ ਨੇ ਇਸ਼ੂ ਕਿਸੇ ਵੀ ਅਸੀਂ ਐਡਵੋਕੇਟ ਕਰ ਸਕਦੇ ਹਾਂ ਤੁਹਾਡੇ ਬਿਹਫ ਤੇ ਪਰ ਝੂਠਾ ਵਾਦਾ ਨਹੀਂ ਕਰਨਾ ਉਹਨਾਂ ਨੇ ਉਹਨਾਂ ਨੇ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਵੀ ਕਹਿੰਦੇ ਪਿਛਲੀ ਵਾਰੀ ਇੱਥੇ ਹੀ ਮੀਟਿੰਗਾਂ ਸਨ ਹੱਥ ਉੱਚੇ-ਉੱਚੇ ਕਰਕੇ ਖੜੇ ਕਰ ਕਰ ਕਹਿੰਦੇ ਬਸ ਕਰਾਂਗੇ ਜੀ ਤੁਹਾਡਾ ਵਾਦਾ ਦੇਵਾਂਗੇ ਮੈਂ ਕਿਹਾ ਇਹ ਕੰਮ ਗਲਤ ਹੈ ਇੱਕ ਅਲੱਗ ਨਾ ਸੋਣਾ ਇਹ ਗੱਲਾਂ ਨਹੀਂ ਹੋਣੀਆਂ ਕਿਉਂਕਿ ਜਿਸ ਹਿਸਾਬ ਨਾਲ ਬਾਕੀ ਜੋਨਿਓ ਇਕਨੋਮੀ ਮੂਵ ਹੋਣੀ ਹੈ ਉਸ ਹਿਸਾਬ ਨਾਲ ਸਾਰਿਆਂ ਨੂੰ ਫਾਇਦਾ ਹੋਣਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰ ਘਰ ਦੇ ਵਿੱਚ ਹਰ ਬੰਦੇ ਨੂੰ ਬੈਨੀਫਿਟ ਹੋਣਾ ਹੋ ਸਕਦਾ ਵੀ ਇਟ ਟ੍ਰਿਕਲਸ ਡਾਊਨ ਵੀ ਜੇ ਘਰ ਦੇ ਵਿੱਚ ਇੱਕ ਆਦਮੀ ਦੀ ਇਨਕਮ ਜ਼ਿਆਦਾ ਹੋ ਸਕਦਾ ਦੂਜੇ ਦੀ ਘਟ ਹੋਏ ਤੀਜਾ ਕੋਈ ਡਿਫਰੈਂਟ ਕੰਮ ਕਰਦਾ ਪਿਆ ਸੋ ਪੋਲਿਸੀ ਚਾਹੀਦੀਆਂ ਉਹ ਸੀਜੇ ਕਿ ਜਿਹੜੀਆਂ ਮੋਸਟ ਇਫੈਕਟਿਵ ਹੋਣ ਤੇ ਫੇਅਰ ਹੋਣ ਤੇ ਰਿਫੇਅਰਨੈਸ ਕਰਨ ਵਾਸਤੇ ਬੀਸੀ ਲਿਬਰਲ ਪਾਰਟੀ ਤੋਂ ਜ਼ਿਆਦਾ ਕੋਈ ਨਹੀਂ ਹੈਗਾ ਕਿਉਂਕਿ ਫੇਅਰਨੈਸ ਤਾਂ ਹੋਣੀ ਹੈ ਜੇ ਤੁਸੀਂ ਸਾਰੇ ਵਰਗਾਂ ਵੱਲ ਦੇਖਦੇ ਹੋ ਤੇ ਇਸ ਦੇ ਨਾਲ ਨਾਲ ਡਾਕਟਰ ਸਾਹਿਬ ਜਿਹੜਾ ਹੋਰ ਮੁੱਦਾ ਜਿਹੜਾ ਆਪਾਂ ਸਰੀ ਤੇ ਫੋਕਸ ਕਰ ਰਹੇ ਆ ਜਿਹੜਾ ਉੱبر ਕੇ ਆਇਆ ਆ ਹੋਮਲੈਸਨੈਸ ਕ੍ਰਾਈਮ ਗੈਂਗਸ ਡਰੱਗਸ ਓਪੀਓਇਡ ਕ੍ਰਾਈਸਿਸ ਮੈਂ ਤੁਹਾਨੂੰ ਨਾ ਸੀ ਜੇ ਸੌਰੀ ਸੌਰੀ ਮੈਂ ਨਾ ਤਾਂ ਮੈਥੋਡਿਕਲ ਸੋ ਨਾ ਦੇਖੋ ਮੈਂ ਬੜੇ ਘੱਟ ਸ਼ਬਦ ਵਰਤੇ ਨੇ ਇਲੈਕਸ਼ਨ ਤੋਂ ਪਹਿਲਾਂ ਵੀ ਝੂਠ ਹੁਣ ਮੈਨੂੰ ਐਵਰੀ ਡੇ ਇਹਨਾਂ ਨੂੰ ਝੂਠ ਦੱਸਣਾ ਪੈਂਦਾ ਇਸੇ ਪ੍ਰੋਗਰਾਮ ਤੇ ਆ ਕੇ ਇਨਾਂ ਦੇ ਕਈ ਬੰਦੇ ਕਹਿ ਰਹੇ ਨੇ ਵੀ ਅਸੀਂ ਮਿਨਿਸਟਰ ਮੈਂਟਲ ਹੈਲਥ ਦਾ ਪਹਿਲੀ ਵਾਰੀ ਬਣਾਇਆ ਇਹ ਟੋਟਲ ਲਾਇ ਯੂਅਰ ਮਿਨਿਸਟਰ ਮੈਂ 2001 ਦੇ ਵਿੱਚ ਮੈਂਟਲ ਹੈਲਥ ਦੀ ਪਾਲਿਸੀ ਡਵੈਲਪ ਕੀਤੀ ਪ੍ਰੋਵਿੰਸ ਵਿੱਚ ਸਾਰੇ ਵਿੱਚ ਫਿਰਿਆ ਲੋਕਾਂ ਨਾਲ ਕੰਸਲਟ ਕਰਕੇ ਇੱਕ ਬੜਾ ਡੈਫੀਨਟ ਪ੍ਰੋਗਰਾਮ ਇਸਟੈਬਲਿਸ਼ ਕੀਤਾ ਵੱਡੇ ਇੰਸਟੀਚੂਨ ਨੂੰ ਸਮਾਲਰ ਇੰਸਟੀਚੂਨ ਜਿਹੜੀਆਂ ਇੰਸਟੀਚੂਨਸ ਹਨ ਉਹਨਾਂ ਵਿੱਚ ਜਿਹੜੀ ਸੀ ਨਾ ਆਊਟਸਾਈਡ ਲੈਂਡ ਕੈਂਪ ਲੂਪਸ ਜਾਂ इवन ਰਿਵਰ 뷰 ਹਸਪੀਟਲ ਦੇ ਛੋਟੇ ਛੋਟੇ ਫੈਸਿਲਿਟੀ ਸੇ ਅਸੀਂ ਬਣਾਈਆਂ ਤਾਂ ਕਿ ਹੌਮ ਲਾਈਕ ਫੈਸਿਲਿਟੀਆਂ ਪ੍ਰੋਗਰਾਮ ਤਿਆਰ ਕੀਤੇ ਪਰ ਉਸ ਕਿਉਂਕਿ ਜਿਹੜਾ ਮੈਂਟਰ ਹੈਲਥ ਦਾ ਇਸ਼ੂ ਹੈ ਡਰੱਗਸ ਦਾ ਐਡਿਕਸ਼ਨ ਦਾ ਇਹ ਚੁਆਇਸ ਇਹ ਕੋਈ ਲਗਜ਼ਰੀ ਚੁਆਇਸ ਨਹੀਂ ਆ ਗਈ ਇਹ ਨਹੀਂ ਹੈਗਾ ਵੀ ਇਹ ਇਹ ਜੀ ਤੁਹਾਡਾ ਫਾਲਟ ਹੈ ਇਹਨਾਂ ਦੇ ਕਿਸੇ ਇਹ ਇਹਨਾਂ ਨੇ ਸੋਚ ਬੜੀ ਇਹਨਾਂ ਦੀ ਗਲਤ ਹੈ ਇਹ ਹੈਗੀ ਬਿਮਾਰੀ ਇਹ ਤਕਲੀਫ ਹੈ ਇਹਦੇ ਸਬਸਟੈਂਸ ਅਬਿਊਸ ਇਜ਼ ਇਜ਼ ਅ ਡਿਸਆਰਡਰ ਇਹ ਤੁਹਾਡਾ ਜਰ ਮੈਂਟਲ ਹੈਲਥ ਇਸ਼ੂਸ ਇਹ ਦੋਨਾਂ ਦਾ ਕੰਬਾਈਨ ਵੀ ਪ੍ਰੋਬਲਮ ਆ ਸਕਦੀ ਹੈ ਪਰ ਜਿਹੜਾ ਹੋਮ ਇਹ ਅੱਗੇ ਇਹਦੇ ਤੋਂ ਬੰਨਦਾ ਪਿਆ ਹੋਮਲੈਸ ਦਾ ਇਸ਼ੂ ਜਿਹੜੀ ਪਾਰਟੀ ਆਪਣੇ ਆਪ ਨੂੰ ਆਮ ਬੰਦੇ ਲਈ ਕੰਮ ਕਰਨਾ ਚਾਹੁੰਦੀ ਹੈ ਉਹਨਾਂ ਦੀ ਹੋਮਲੈਸ ਪਾਲਿਸੀ ਕੋਈ ਨਹੀਂ ਹੈਗੀ ਜ਼ੀਰੋ ਅਫੈਕਟਿਵਨੈਸ ਜ਼ੀਰੋ ਜਿਹੜੇ ਬੰਦੇ ਇਹਨਾਂ ਦੇ ਮੇਨ ਬੰਦੇ ਇਹ ਇਸ਼ੂਸ ਦਾ ਕੰਮ ਕਰਦੇ ਉਹ ਤੇ ਰਨ ਹੀ ਨਹੀਂ ਕਰਦੇ ਸੋ ਹੁਣ ਅੱਜ ਸਾਡੇ ਐਂਡਰਿਊ ਨੇ ਪਾਲਿਸੀ ਕੀਤੀ ਅਨਾਉਂਸ ਮੈਨੂੰ ਉਹਦੀ ਡੀਟੇਲ ਨਹੀਂ ਬਤਾ ਮੈਂ ਅਗਲੀ ਵਾਰੀ ਜਰੂਰ ਤੁਹਾਡੇ ਨਾਲ ਗੱਲ ਕਰਾਂਗਾ ਪਰ ਇੰਨੀ ਜ਼ਰੂਰ ਗੱਲ ਹੈਗੀ ਹੈ ਜਿਹੜਾ ਮੈਂਟਲ ਹੈਲਥ ਇਸ਼ੂਜ਼ ਨੇ ਸਰੀਰ ਦੇ ਮੈਂ ਤੁਹਾਨੂੰ ਗੱਲ ਦੱਸਣਾ ਐਜ਼ ਮੈਂ ਹੁਣ ਪ੍ਰੈਕਟਿਸ ਕਰਨਾ ਹਾਂ ਜੇ ਤਾਂ ਮੈਂ ਕਿਸੇ ਨੂੰ ਸਬਸਟੈਂਸ ਅਬਿਊਜ਼ਲੀ ਜਾਂ ਕਿਸੇ ਕੰਮ ਲਈ ਭੇਜਣਾ ਵੇਟ ਕਰਨਾ ਪੈਂਦਾ ਕਾਫੀ ਜਿਹੜੇ ਆਪਣੇ ਲੋਕ ਨੇ ਕਿੰਨੇ ਉਹਨਾਂ ਦੇ ਇਸ਼ੂ ਹੋ ਰਹੇ ਨੇ ਫੈਮਿਲੀ ਇਸ਼ੂਜ਼ ਖੜੇ ਹੋ ਰਹੇ ਨੇ ਡਰੱਗਸ ਕਰਕੇ ਉਹਦੇ ਨਾਲ ਹੋਰ ਜਿਹੜੀਆਂ ਗੱਲਾਂ ਆਪਾਂ ਨਹੀਂ ਕਰ ਸਕਦੇ ਕਿਉਂਕਿ ਕਈ ਗੱਲਾਂ ਹੁੰਦੀਆਂ ਨੇ ਉਹਨੂੰ ਆਪਾਂ ਨੂੰ ਚਾਹੀਦਾ ਉਹਨੂੰ ਉਹਨੂੰ ਸੋਲਵ ਕਰੀ ਉਹਨੂੰ ਉਭਾਰ ਕੇ ਨਾਲ ਲਹਿ ਲੈਈਏ ਸੋ ਮੈਂ ਚਾਹੁੰਦਾ ਵੀ ਕਿਉਂ ਇਹ ਨਹੀਂ ਚਾਹੁੰਦਾ ਵੀ ਐਂਡ ਇਹ ਜਿਹੜੇ ਟਾਪਿਕ ਹੈ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਮੈਂਟਰਲ ਹੈਲਥ ਦੇ ਜਾਂ ਐਡਿਕਸ਼ਨ ਜਿਹੜਾ ਹੈਗਾ ਹੈ ਇਹ ਬੜੇ ਬੜੇ ਦੁਖਾਂਤ ਵਾਲੇ ਇਸ਼ੂਜ਼ ਹੈ ਫੈਮਿਲੀਜ਼ ਲੂਜ਼ਿੰਗ ਯੰਗ ਐਂਡ 올ਡਰ ਪੀਪਲ ਬਿਕਾਜ਼ ਆਫ ਮੈਂਟਰਲ ਹੈਲਥ ਕਿਉਂਕਿ ਮੈਂ ਉਸੇ 3-4 ਪ੍ਰੋਗਰਾਮ ਕਰਕੇ ਹਟਿਆ ਆ ਸੋ ਇਹ ਜਿਹੜੇ ਹੈਗੇ ਇਹ ਕਮਿਊਨਿਟੀ ਦੇ ਮੁੱਦੇ ਆ ਐਂਡ ਇਟ ਅਫੈਕਟਸ ਐਵਰੀਬਾਡੀ ਦੇਖੋ ਇਹ ਜਿਹੜਾ ਕੰਮ ਇਹ ਜਿਹੜੀਆਂ ਓਵਰਆਲ ਗੱਲਾਂ ਨੇ ਪਾਲਿਸੀ ਡਿਵੈਲਪਮੈਂਟ ਕਰਕੇ ਉਹਨੂੰ ਸੋਚ ਸਮਝ ਕੇ ਸਰੀ ਵਿੱਚ ਪਹਿਲਾਂ ਹੁੰਦਾ ਸੀ ਕੋਈ ਤੁਸੀਂ ਕਿਸੇ ਨੂੰ ਅਸੀਂ ਨਹੀਂ ਵੇਖਦੇ ਵੀ ਹੋਮਲੈਸ ਹੁਣ ਤੁਹਾਨੂੰ ਇੱਥੇ ਵੀ ਆਪਾਂ ਨੂੰ ਮਿਲਦੇ ਨੇ ਠੀਕ ਹੈ ਇਹ ਕੋਈ ਪਾਰਟ ਆਫ ਟਾਊਨ ਹੁੰਦਾ ਜਿੱਥੇ ਲੋਕੀ ਡਰੱਗਸ ਵਾਲੇ ਜ਼ਿਆਦਾ ਫਿਰਦੇ ਨੇ ਦੇਖੋ ਕੋਈ ਮੈਂ ਨਹੀਂ ਸਮਝਦਾ ਵੀ ਕੋਈ ਇਹੋ ਜਿਹਾ ਘਰ ਹੋਏ ਜਿਹਦੇ ਦਰਵਾਜ਼ੇ ਤੱਕ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਇਹ ਇਸ਼ੂ ਨਾ ਪਹੁੰਚਾ ਯੈਸ ਬੋਥ ਕਟ ਖੁਸ਼ਕਿਸਮਤ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਪਤਾ ਨਹੀਂ ਇਸ ਕੱਲ ਅਜੇ ਤੱਕ ਪਹੁੰਚਿਆ ਨਹੀਂ ਪਰ ਕਿਉਂਕਿ ਜੇ ਤੁਹਾਡੇ ਨੇਬਰਹੂਡ ਦੇ ਵਿੱਚ ਪ੍ਰੋਬਲਮ ਹੈ ਜੇ ਤੁਹਾਡੇ ਕਿਸੇ ਐਕਸਟੈਂਡਡ ਫੈਮਿਲੀ ਨੂੰ ਪ੍ਰੋਬਲਮ ਹੈ ਜੇ ਤੁਹਾਡੇ ਕਿਸੇ ਦੋਸਤ ਦੇ ਬੱਚੇ ਨੂੰ ਪ੍ਰੋਬਲਮ ਹੈ ਤਾਂ ਇਹਦਾ ਮਤ ਤੁਹਾਡੇ ਵੀ ਆ ਸਕਦੀ ਹੈ ਤੇ ਇਸ ਚੀਜ਼ ਨੂੰ ਪਾਲਿਸੀ ਜਿਹੜੀ ਇਹਨੂੰ ਡਿਵੈਲਪਮੈਂਟ ਕਰਨੀ ਵਿਦ ਕੰਸਲਟੇਸ਼ਨ ਵਿਦ ਦ ਕਮਿਊਨਿਟੀ ਐਂਡ ਵਿਦ ਹੈਲਥ케ਅਰ ਜਿਹੜੇ ਨੇ ਪ੍ਰੋਫੈਸ਼ਨਲਸ ਪਲੱਸ ਉਹ ਜਿਹੜੀ ਪਾਲਿਸੀ ਹੈ ਨਾ ਇਲੈਕਸ਼ਨ ਟਾਈਮ ਤੇ ਨਹੀਂ ਕੱਲਾ ਵੀ ਆ ਕੇ ਸਾਢੇ 3 ਸਾਲ ਬਾਅਦ ਆ ਕੇ ਬੋਲੋ ਇਸੇ ਕਰਕੇ ਮੈਂ ਸੋਗ ਨਾ ਵੀ ਸਰੀ ਪੈਣਾ ਰਾਮਾ ਦੇ ਵਿੱਚ ਮੈਂ ਸਾਰੇਆਂ ਵਾਸਤੇ ਇਫੈਕਟਿਵ ਪੈਸ਼ਨੇਟ ਐਂਡ ਕਮਿਟਿਡ ਵੌਇਸ ਹੋਵਾਂਗਾ ਨਾ ਵਾਸਤੇ ਸੋ ਆਪਣੇ ਕੋਲੇ ਲਾਸਟ 2 ਮਿੰਟ ਰਹਿ ਗਏ ਡਾਕਟਰ ਸਾਹਿਬ ਤੁਹਾਡਾ ਆਹ ਬਹੁਤ ਵਧੀਆ ਜਿਹੜਾ ਹੈਗਾ ਆ ਕਿ ਕਮਿਊਨਿਟੀ ਦੇ ਵਿੱਚ ਤੁਸੀਂ ਆਲਵੇਜ਼ ਵਿਚਰਦੇ ਰਹੇ ਹੋ ਸੋ ਜਿੰਨੇ ਵੀ ਤੁਹਾਡੀ ਰਾਈਡਿੰਗ ਦੇ ਪੀਪਲ ਹੈ ਆਪਣੀ ਕਮਿਊਨਿਟੀ ਸੁਣ ਰਹੀ ਹੈ ਆਪਣਾ ਪ੍ਰੋਗਰਾਮ ਤੁਹਾਡੇ ਫਾਈਨਲ ਵਿਚਾਰ ਤੇ ਤੁਹਾਡਾ ਮੈਸੇਜ ਉਹਨਾਂ ਨੂੰ ਕੀ ਹੈ ਮੇਰਾ ਇਹ ਮੈਸੇਜ ਹੈ ਕਿ ਜਿਹੜਾ politcal life ਹੈ ਇਹ ਸਰਵਿਸ ਹੈ ਤੇ ਇਹ ਤੁਹਾਡੀ ਸਰਵਿਸ ਚਾਹੀਦੀ ਹੈ ਬੇਸਡ ਔਨ ਯੂਅਰ ਇਨਰ ਕਮਿਟਮੈਂਟ ਯੂਅਰ ਪੈਸ਼ਨ ਐਂਡ ਟੂ ਸਰਵ ਦ ਕਮਿਊਨਿਟੀ ਐਸ ਅ ਹੋਲ ਐਂਡ ਸਰਵ ਅ ਏਰੀਆ ਪਲਸ ਦ ਪ੍ਰੋਵਿੰਸ ਯੈਸ ਉਸ ਕੰਮ ਕਰਨ ਵਾਸਤੇ ਤੁਹਾਨੂੰ ਚਾਹੀਦੀ ਤੁਹਾਡੀ ਬੈਕਗ੍ਰਾਉਂਡ ਤੁਹਾਡੀ ਐਥੀਕਲ ਵੈਲਿਊਜ਼ ਤੁਹਾਡੀ ਇੰਟੈਗ੍ਰਿਟੀ ਤੁਹਾਡਾ ਪਾਸਟ ਰੈਕੋਰਡ ਯੋਰ ਸਪੋਰਟ ਸਿਸਟਮ ਯੋਰ ਨੋਲੇਜ ਐਂਡ ਆਲਸੋ ਅ ਗੁੱਡ ਪਾਰਟੀ ਬਿਹਾਈਂਡ ਥੈਟ ਸਟਰਕਚਰ ਉਹ ਮੈਂ ਸਮਝਣਾ ਵੀ ਮੇਰੇ ਕੋਲ ਮੋਸਟ ਆਫ ਥੈਮ ਆਈ ਕੈਨ ਸੇ ਆਈ ਹੈਵ ਆਲ ਆਫ ਥੈਮ ਐਂਡ ਮਾਈ ਜਿਹੜੀ ਬੁੱਕ ਹੈ ਮੇਰੀ ਪ੍ਰੀਟੀਕਲ ਜਿਹੜੀ ਬੁੱਕ ਹੈ ਉਹ ਬਿਲਕੁਲ ਸਾਹਮਣੇ ਪਈ ਹੈ ਨਾ ਨਾ ਤੇ ਮੈਂ ਲੁਕਣਾ ਤੇ ਨਾ ਮੈਂ ਛिपਣਾ ਮੈਂ ਲੋਕਾਂ ਦੀ ਕੁਚਾਰੀ ਵਿੱਚ ਆਵਾਂਗਾ ਹਮੇਸ਼ਾ ਉਹਨਾਂ ਦੀ ਗੱਲ ਸੁਣਾਵਾਂਗਾ ਉਹਨਾਂ ਦੀ ਆਵਾਜ਼ ਪਹੁੰਚਾਵਾਂਗਾ ਤੇ ਮੈਂ ਹਮੇਸ਼ਾ ਨਾਲ ਰਿਹਾ ਮੈਂ ਕੋਈ ਆਰਗੇਨਾਈਜੇਸ਼ਨ ਨਹੀਂ ਜਿਹਦੇ ਵਿੱਚ ਵਲੰਟੀਅਰ ਕੰਮ ਸਰੀਚ ਮੈਂ ਨਹੀਂ ਕੀਤਾ ਇਹਨਾਂ ਸਾਲ ਇਹ ਕਿਤੇ ਨਹੀਂ ਜਿੱਥੇ ਆਪਣਾ ਮੈਂ ਟਾਈਮ ਨਹੀਂ ਕੱਟਦਾ ਜਿੱਥੇ ਮੈਂ ਆਪਣਾ ਟਾਈਮ ਜਾਂ ਐਫਰਟ ਜਾਂ ਮੈਂ ਜਾਂ ਮੇਰੀ ਫੈਮਿਲੀ ਮੇਰੇ ਬੱਚੇ ਮੇਰੇ ਦੋਸਤ ਮਿੱਤਰ ਮੇਰੇ ਐਸੋਸੀਏਟਸ ਨਹੀਂ ਕਰਦੇ ਸਪੋਰਟਸ ਐਕਟੀਵਿਟੀਜ਼ ਜਪਾਰਟਿਸਪੇਟ ਅਸੀਂ ਕਰਨੇ ਆ ਅਸੀਂ ਬਾਕੀ ਗੱਲਾਂ ਵਿੱਚ ਕਰਨੇ ਆ ਅਸੀਂ ਆਪਣੀਆਂ ਕਬੱਡੀ ਤੋਂ ਲੈ ਕੇ ਹਾਕੀ ਸਾਕਰ ਵਾਲੀਬਾਲ ਗੋਲਫ ਕਲੱਬ ਅਸੀਂ ਸਾਰੇ ਪੰਜਾਬੀ ਕਮਿਊਨਿਟੀ ਵਾਸਤੇ ਉਹਦੇ ਵਿੱਚ ਕੰਟ੍ਰਿਬਿਊਸ਼ਨ ਕਰਨੇ ਆ ਸਾਰੇ ਲੋਕ ਨਾਲ ਨੇ ਮੈਂ ਕੱਲਾ ਨਹੀਂ ਸੋ ਥੋਡੀ ਕੀ ਇਹਨਾਂ ਨੂੰ ਬੇਨਤੀ ਹੈ ਕਿ ਵੋਟਰਸ ਆਬਵੀਅਸਲੀ ਮੇਰੀ ਬੇਨਤੀ ਹੈ ਵੀ ਮੇਰੀ ਰਿਕੁਐਸਟ ਹੈ ਕਿ ਤੁਸੀਂ ਦੇਖੋ ਮੇਰਾ ਸਾਰਾ ਕੁਝ ਸਿਸਟਮ ਦੇਖ ਲਓ ਮੇਰੇ ਚੈੱਕ ਕਰ ਲਓ ਮੇਰੀ ਇਨਫੋਰਮੇਸ਼ਨ ਸਾਰੀ ਵੈੱਬਸਾਈਟ ਤੇ ਹੈਗੀ ਹੈ ਆਪਣੀ ਸਾਰੀ ਮੇਰੀ মিডিਆ ਵਿੱਚ ਹੈਗੀ ਇਨਫੋਰਮੇਸ਼ਨ ਬਿਲਕੁਲ ਕਲੀਅਰ मोस्ट ਲੋਕ ਮੈਨੂੰ ਜਾਂ ਉਹਨਾਂ ਨੂੰ ਮੈਂ ਪਹਿਲੇ ਨਾਂ ਤੋਂ ਜਾਣਨਾ ਜਾਂ ਮੈਨੂੰ ਜਾਣਦੇ ਉਹ ਮੇਰਾ ਪਿਛੋਕੜ ਵੀ ਜਾਣਦੇ ਨੇ ਮੇਰਾ ਪ੍ਰੈਜ਼ੈਂਟ ਵੀ ਜਾਣਦੇ ਨੇ ਫਿਊਚਰ ਉਹਨਾਂ ਨੇ ਮੇਰੇ ਨਾਲ ਮਿਲ ਕੇ ਬਣਾਉਣਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹੋਮ ਹੋਮ ਆ ਕੇ ਵੋਟਾਂ ਪਾਓ ਇਹ ਜਿਹੜੀ ਇਲੈਕਸ਼ਨ ਨੇ ਇਹ ਮੈਂ ਲੜਨੀ ਹੈ ਜਾਂ ਮੈਂ ਤੁਹਾਡੇ ਸਾਹਮਣੇ ਆਇਆ ਬੇਸਡ ਔਨ ਦਾ ਫੈਕਟਸ ਐਂਡ ਮੇਕਿੰਗ ਸ਼ੋਰ ਦੱਟ ਯੂ ਵਿਲ ਹੈਵ ਅ ਵੈਰੀ ਅਫੈਕਟਿਵ ਐਂਡ ਔਨਸਟ ਐਂਡ ਐਥੀਕਲ ਰਿਪਰੈਜ਼ੈਂਟੇਸ਼ਨ ਸੋ ਅੱਜ ਗੱਲ ਚੱਲ ਰਹੀ ਸੀ ਡਾਕਟਰ ਗੁਲਜ਼ਾਰ ਚੀਮਾ ਨਾਲ ਡਾਕਟਰ ਸਾਹਿਬ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਬਿਜ਼ੀ ਇਲੈਕਸ਼ਨ ਦੇ ਵਿੱਚ ਉਸ ਤੋਂ ਟਾਈਮ ਕੱਢ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰਨ ਆਏ ਹੋ ਤਾਂ ਕਿ ਸਾਡੇ ਜਿੰਨੇ ਵੀ ਵਿਊਅਰਸ ਹੈ ਉਹ ਇਹਨਾਂ ਨਾਲ ਗੱਲਬਾਤ ਕਰ ਸਕੀ ਅੱਜ ਸਾਡੀਆਂ ਫੋਨ ਲਾਈਨਸ ਅਸੀਂ ਨਹੀਂ ਓਪਨ ਕਰ ਸਕੇ ਪਰ ਨੈਕਸਟ ਡਾਕਟਰ ਸਾਹਿਬ ਜੀ ਤੁਹਾਨੂੰ ਗੱਲਬਾਤ ਹੋਊਗੀ ਆਪਣੀ ਓਪਨ ਗੱਲਬਾਤ ਹੋਊਗੀ ਇਸ ਦੇ ਨਾਲ-ਨਾਲ ਅਸੀਂ ਦੋਨਾਂ ਹੀ ਪਾਰਟੀਆਂ ਨੂੰ ਖੁੱਲਾ ਸੱਦਾ ਦਿੰਦੇ ਆ ਡਾਕਟਰ ਸਾਹਿਬ ਓਪਨ ਟੂ ਹੈਵ ਅ ਡਿਬੇਟ ਵਿਦ ਜਿਨੀ ਸਿਮਸ ਦੇ ਆਰ ਵੈਲਕਮ ਟੂ ਕਮ ਇਨ आवर ਸਟੂਡੀਓ ਐਂਡ ਵੀ ਕੈਨ ਹੈਵ ਅ ਵੈਰੀ ਵੈਰੀ ਫੇਅਰ ਕਨਵਰਸੇਸ਼ਨ ਸ਼ੀ ਇਸ ਮੋਸਟ ਵੈਲਕਮ ਟੂ ਜੁਆਇਨ ਅਸ ਇਸੇ ਕਰਕੇ ਅਸੀਂ ਆਪ ਦੇ ਸਟੂਡੀਓ ਤੋਂ ਸਾਰਿਆਂ ਨੂੰ ਬਰਾਬਰ ਦਾ ਟਾਈਮ ਦੇਣ ਦੀ ਕੋਸ਼ਿਸ਼ ਕਰੀਦੀ ਹੈ ਇਲੈਕਸ਼ਨ ਤੁਹਾਨੂੰ ਪਤਾ ਹੈ ਕਿ ਆਪਣੀ ਕਮਿਊਨਿਟੀ ਨਹੀਂ ਬਲਕਿ ਸਾਰੇ ਬਰਿਟਿਸ਼ ਕੋਲੰਬੀਆ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਇਹ ਜਿਹੜਾ ਬੋਰਡ ਦਾ ਅਧਿਕਾਰ ਹੈ ਇਹਨੂੰ ਜਰੂਰ ਵਰਤਣਾ ਚਾਹੀਦਾ ਤੁਸੀਂ ਮੇਲ ਇਨ ਵੋਟ ਕਰੋ ਐਡਵਾਂਸ ਪੋਲਿੰਗ ਅਕਟੋਬਰ 15 ਤੋਂ ਲੈ ਕੇ ਥਰਸਡੇ ਤੋਂ ਵੈਨਸਡੇ ਅਕਟੋਬਰ 21 ਤੱਕ ਹੋਣੀ ਹੈ ਐਂਡ ਫਾਈਨਲ ਇਲੈਕਸ਼ਨ ਡੇ ਇਜ਼ ਅਕਟੋਬਰ 24 ਪਲੈਟਫਾਰਮ ਦੇਖੋ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਉਹਨਾਂ ਨਾਲ ਤੁਸੀਂ ਗੱਲਬਾਤ ਕਰੋ ਉਹਨਾਂ ਨੂੰ ਤੁਸੀਂ ਕੁਐਸਚਨ ਪੁੱਛੋ ਕਿ ਉਹ ਤੁਹਾਡੇ ਕੀ ਕੀ ਕਰਨਗੇ ਤੁਹਾਡੇ ਲਈ ਐਂਡ ਫਿਰ ਇਲੈਕਸ਼ਨ ਫਿਨਿਸ਼ ਤੋਂ ਬਾਅਦ ਮੇਕ देम ਅਕਾਊਂਟੇਬਲ ਸੋ ਐਸੀ ਹੀ ਤਰ੍ਹਾਂ ਨੈਕਸਟ ਸੀ ਜੈਸੇ ਦੂ ショਅ ਦੇ ਵਿੱਚ ਕਿਸੇ ਨਾ ਕਿਸੇ ਪੋਲੀਟੀਸ਼ੀਅਨ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਧੰਨਵਾਦ ਰੱਬ ਰੱਖਾ ਹੈਵ ਅ ਵੰਡਰਫੁਲ ਹੈਪੀ ਹੈਲਥੀ ਵੀਕਐਂਡ ਸਤਿ ਸ਼੍ਰੀ ਅਕਾਲ